ਪ੍ਰੋਗਰਾਮ ਖਾਸ ਮੁਲਾਕਾਤ ਦੇ ਵਿੱਚ ਮੈਂ ਅਵਰਿੰਦਰ ਕੌਰ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰ ਰਹੀ ਹਾਂ ਖਾਸ ਮੁਲਾਕਾਤ ਦੋ ਅਜਿਹੇ ਸ਼ਬਦ ਜਿਹੜੇ ਆਪਣੇ ਆਪ ਦੇ ਵਿੱਚ ਮੁਕੰਮਲ ਨੇ ਔਰ ਜ਼ਾਹਿਰਾ ਤੌਰ ਤੇ ਇਹ ਦਰਸਾਉਂਦੇ ਨੇ ਕਿ ਅੱਜ ਦੀ ਮੁਲਾਕਾਤ ਵਾਕਈ ਹੀ ਕੁਝ ਖਾਸ ਹੋਣ ਵਾਲੀ ਹੈ ਖਾਸ ਤੌਰ ਤੇ ਜਦੋਂ ਗੱਲ ਕਲਾਕਾਰੀ ਦੀ ਹੋਵੇ ਅਦਾਕਾਰੀ ਦੀ ਹੋਵੇ ਗਾਇਕੀ ਦੀ ਹੋਵੇ ਫਨਕਾਰੀ ਦੀ ਹੋਵੇ ਤਾਂ ਕੁਝ ਅਜਿਹੇ ਨਾਮ ਹੁੰਦੇ ਨੇ ਜਿਹੜੇ ਸਾਡੇ ਜ਼ਿਹਨ ਦੇ ਵਿੱਚ ਉਕਰੇ ਹੁੰਦੇ ਨੇ ਆਲਰੇਡੀ ਅਸੀਂ ਸੋਚਦੇ ਹਾਂ ਕਿ ਹਾਂ ਜੇ ਖਾਸ ਮੁਲਾਕਾਤ ਸਾਡੇ ਕਿਸੇ ਪਸੰਦੀਦਾ ਕਲਾਕਾਰ ਦੇ ਨਾਲ ਹੋਵੇ ਤੇ ਕਿਆ ਹੀ ਬਾਤ ਹੋਵੇ ਸੋ ਅੱਜ ਦਾ ਇਹ ਜਿਹੜਾ ਪ੍ਰੋਗਰਾਮ ਖਾਸ ਮੁਲਾਕਾਤ ਹੈ ਇਹ ਵਾਕਈ ਹੀ ਕਿਆ ਹੀ ਬਾਤ ਹੈ ਬਿਕਾਜ਼ ਅੱਜ ਸਾਡੇ ਨਾਲ ਨੇ ਯਾਕੂਬ ਜੀ ਜੋ ਕਿ ਵਾਕਈ ਤੁਸੀਂ ਸੁਣ ਚੁੱਕੇ ਹੋ ਉਹਨਾਂ ਦੇ ਬਹੁਤ ਸਾਰੇ ਗੀਤ ਸੁਣ ਚੁੱਕੇ ਹੋ ਉਹਨਾਂ ਦਾ ਨਾਮ ਆਲਰੇਡੀ ਤੁਹਾਡੇ ਜਿਹੜਾ ਜ਼ੁਬਾਨ ਤੇ ਹੈ ਇਵਨ ਜਦੋਂ ਆਪਾਂ ਕਦੇ ਇਹੋ ਜਿਹਾ ਨਾਮ ਲੈਨੇ ਤੇ ਸਾਨੂੰ ਇਦਾਂ ਲੱਗਦਾ ਹੈ ਕਿ ਹਾਂ ਕੋਈ ਰੂਹ ਦੀ ਖੁਰਾਕ ਦੀ ਗੱਲ ਕਰਨ ਵਾਲਾ ਇਨਸਾਨ ਹੋਏਗਾ ਤੇ ਅੱਜ ਦੀ ਜਿਹੜੀ ਰੂਹ ਦੀ ਖੁਰਾਕ ਹੈ ਆਪਾਂ ਸ਼ੁਰੂਆਤ ਕਰਦੇ ਆ ਇਸ ਦੀ ਤੇ ਤੁਹਾਡਾ ਤਾਰਫ ਕਰਵਾਉਨੇ ਆ ਯਾਕੂਬ ਗੇਲ ਦੇ ਨਾਲ ਬਹੁਤ ਬਹੁਤ ਸਵਾਗਤ ਹੈ ਯਾਕੂਬ ਤੁਹਾਡਾ ਪ੍ਰੋਗਰਾਮ ਖਾਸ ਮੁਲਾਕਾਤ ਦੇ ਵਿੱਚ ਬਹੁਤ ਬਹੁਤ ਧੰਨਵਾਦ ਤੁਹਾਡਾ ਵਿਰਿੰਦਰ ਜੀ ਔਰ ਪ੍ਰੋਗਰਾਮ ਖਾਸ ਮੁਲਾਕਾਤ ਦੇ ਜਿੰਨੇ ਵੀ ਦੁਨੀਆ ਪਰ ਦੇ ਸਰੋਤੇ ਨੇ ਉਹਨਾਂ ਨੂੰ ਮੇਰਾ ਪਿਆਰ ਭਰੀ ਸਤਿ ਸ੍ਰੀ ਅਕਾਲ ਆ ਯਾਕੂਬ ਗੱਲ ਕਰਦੇ ਆ ਗੀਤ ਕੰਡੇ 47 ਦੇ ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ ਚਾਹੂਗੀ ਕਿ ਥੋੜਾ ਜਿਹਾ ਤੁਸੀਂ ਗੁੰਗੁਨਾ ਕੇ ਜ਼ਰੂਰ ਸਾਡੇ ਦਰਸ਼ਕਾਂ ਨੂੰ ਸੁਣਾਓ ਬਾਕੀ ਦੀਆਂ ਗੱਲਾਂ ਜਿਹੜੀਆਂ ਨੇ ਇਸ ਗੀਤ ਬਾਰੇ ਜ਼ਰੂਰ ਸਾਂਝਾ ਕਰਾਂਗੇ ਜੀ ਆਪਣੀਆਂ ਹੀ ਪੈੜਾਂ ਆਪਣੀਆਂ ਹੀ ਪੈੜਾਂ ਲੱਭਦੇ ਫਿਰਦੇ ਨੇ ਲੋਕ ਕੰਡੇ ਸੰਤਾੜੀ ਵਾਲੇ ਚੁਗਦੇ ਫਿਰਦੇ ਨੇ ਲੋਕ ਕੰਡੇ ਸੰਤਾਲੀ ਵਾਲੇ ਝੁਗਦੇ ਫਿਰਦੇ ਨਹੀਂ ਤੂੰ ਉਮਰੋਂ ਲੰਬੇ ਹਿਜਰਾਂ ਦੇ ਹਾਲ ਗਮਨਾ ਮੁਕੇ ਉਮਰੋਂ ਲੰਬੇ ਹਿਜਰਾਂ ਦੇ ਹਾਲ ਗਮਨਾ ਮੁਕੇ ਗਲੇ ਲੱਗ ਲੱਗ ਕੇ ਹਾਂ ਗਲੇ ਲੱਗ ਲੱਗ ਕੇ ਰੋਂਦੇ ਫਿਰਦੇ ਨੇ ਲੋਕ ਕੰਡੇ ਸੰਤਾਲੀ ਵਾਲੇ ਚੁਗਦੇ ਫਿਰਦੇ ਨੇ ਲੋਕ ਉਹ ਗੁਨਾ ਜੋ ਨਾ ਨੇ ਕਦੇ ਕੀਤੇ ਹੀ ਨਹੀਂ ਉਹ ਗੁਨਾ ਜੋ ਨਾ ਨੇ ਕਦੇ ਕੀਤੇ ਹੀ ਨਹੀਂ ਸਜਾਵਾਂ ਯੁਨਾ ਦੀਆਂ ਸਜਾਵਾਂ ਯੁਨਾ ਦੀਆਂ ਭੁਗਤ ਦੇ ਫਿਰ ਦੇਣ ਲੋਕ ਕੰਡੇ ਸੰਤਾਲੀ ਵਾਲੇ ਚੁਗਦੇ ਫਿਰ ਦੇਣ ਲੋਕ ਕੰਡੇ ਸੰਤਾਲੀ ਵਾਲੇ ਚੁਗਦੇ ਫਿਰ ਦੇਣ ਲੋਕ ਯਕੂਬ ਅੱਜ ਦੀ ਜਿਹੜੀ ਜਨਰੇਸ਼ਨ ਆ ਉਹਨਾਂ ਨਾਲ ਇਹ ਗਿਲਾ ਰਹਿੰਦਾ ਹੈ ਕਿ ਜਿਹੜੇ ਜ਼ਖਮ ਸਾਡੇ ਬਜ਼ੁਰਗਾਂ ਨੇ ਸਹਿਣ ਕੀਤੇ ਨੇ ਬਰਦਾਸ਼ਤ ਕੀਤੇ ਨੇ ਉਹ ਅਸੀਂ ਮਹਿਸੂਸ ਨਹੀਂ ਕਰਦੇ ਜਾਂ ਸਾਡਾ ਧਿਆਨ ਉਹਨਾਂ ਵੱਲ ਨਹੀਂ ਜਾਂਦਾ ਪਰ ਜਿਸ ਰੋਹਾਨੀਅਤ ਦੇ ਨਾਲ ਔਰ ਜਿਸ ਦਰਦ ਦੇ ਨਾਲ ਇਸ ਗੀਤ ਨੂੰ ਤੁਸੀਂ ਗਾਇਆ ਔਰ ਲੋਕਾਂ ਤੱਕ ਪਹੁੰਚਾਇਆ ਇਹ ਲੱਗਦਾ ਹੈ ਕਿ ਇਹ ਗੱਲ ਕਿਤੇ ਨਾ ਕਿਤੇ ਥੋੜੀ ਜਿਹੀ ਫਿੱਕੀ ਹੈ ਤੁਹਾਡਾ ਆਪਦਾ ਇਸ ਬਾਰੇ ਕੀ ਕਹਿਣਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਜੀ ਸ਼੍ਰੀ ਸਤਨਾਮ ਸਿੰਘ ਮਾਨਕ ਸਾਹਿਬ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਦੇ ਕਰਕੇ ਇਹ ਮੈਨੂੰ ਕੰਟੈਂਟ ਜਿਹੜਾ ਮਿਲਿਆ ਇਹ ਤੇ ਕੰਮ ਕਰਨ ਦਾ ਮੌਕਾ ਮਿਲਿਆ ਜਾਂ ਇਹਨੂੰ ਆਵਾਜ਼ ਦੇਣ ਦਾ ਮੌਕਾ ਮਿਲਿਆ। ਪਰ ਸੱਚਮੁੱਚ ਅਸੀਂ ਲੋਕਾਂ ਨੇ ਤੇ ਸੁਣਿਆ ਹੀ ਆ ਹਨਾ। ਬਿਲਕੁਲ। 1947 ਦੀਆਂ ਗੱਲਾਂ ਕੋਈ ਐਕਸਪੀਰੀਅੰਸ ਨਹੀਂ ਹੈਗਾ ਕੁਝ ਦੇਖਿਆ ਨਹੀਂ। ਪਰ ਜਦੋਂ ਦਾ ਮੈਂ ਇਸ ਪ੍ਰੋਜੈਕਟ ਦੇ ਨਾਲ ਜੁੜਿਆ ਹਾਂ ਮੈਂ ਕਾਫੀ ਸਾਰੇ ਵੀਡੀਓਜ਼ ਲੋਕਾਂ ਦੇ ਹਨਾ ਨੈਟ ਪਰ ਆਈ ਪਿਆ। ਹੂੰ। ਜੇ ਜਦੋਂ ਉਹਨਾਂ ਲੋਕਾਂ ਦੀਆਂ ਗੱਲਾਂ ਸੁਣੀ ਦੀਆਂ ਆ ਉਹ ਜਦੋਂ ਗੱਲਾਂ ਕਰਦੇ ਕਰਦੇ ਰੋ ਪੈਂਦੇ ਨੇ ਔਰ ਸੱਚਮੁੱਚ بڑا ਦੁਖਾਂਤ ਹੈ ਮੈਂ ਹੁਣੇ ਕੁਝ ਦਿਨ ਪਹਿਲਾਂ ਇੱਕ ਇੰਟਰਵਿਊ ਦੇਖ ਰਿਆ ਸੀਗਾ ਕਿਸੇ ਦੀ ਅਫਗਾਨਿਸਤਾਨ ਤੋਂ ਕੋਈ ਸਰਦਾਰ ਜੜੀ ਹੋਏ ਇੱਥੇ ਆਇਆ ਤੇ ਉਹ ਨਾਲੇ ਰੋ ਰਿਹਾ ਸੀਗੇ ਬੜਾ ਜ਼ਿਆਦਾ ਤੇ ਨਾਲਿਓ ਕਹਿ ਰਹੇ ਸੀਗੇ ਕਿ ਜੋ ਵੀ 20 ਸਾਲਾਂ ਦੇ ਵਿੱਚ ਮੈਂ ਬਣਾਇਆ ਸੀ ਮਿਹਨਤ ਕਰਕੇ ਸਭ ਮਿੱਟੀ ਹੋ ਰਿਹਾ ਔਰ ਪੁੱਬਾ ਮਾਰ ਮਾਰ ਕੇ ਰੋ ਰਾਇ ਸੀ ਜੀ ਤੇ ਇਹੀ ਚੀਜ਼ਾਂ ਮੇਰਾ ਇੱਕਦਮ ਧਿਆਨ ਆਪਣੇ 1947 ਵਾਲੇ ਗਾਣੇ ਤੇ ਉਹਨਾਂ ਲੋਕਾਂ ਦੇ ਉੱਤੇ ਗਿਆ ਕਿ ਹਿੰਦੁਸਤਾਨ ਦੇ ਪੰਜਾਬ ਦੇ ਵਿੱਚ ਜਾਂ ਪਾਕਿਸਤਾਨ ਦੇ ਲੈ ਜਾਂਦੇ ਚੜਦੇ ਪੰਜਾਬ ਦੇ ਵਿੱਚ ਜਿਹੜੇ ਲੋਕ ਉਸ ਟਾਈਮ ਰਾਜਿਆਂ ਮਹਾਰਾਜਿਆਂ ਦੀ ਤਰ੍ਹਾਂ ਤੇ ਰਹਿ ਰਹੇ ਸੀ ਉਹ ਆਪਣੇ ਕਾਰੋਬਾਰ ਪੈਸੇ ਦੌਲਤਾਂ ਸ਼ੌਹਰਤਾਂ ਸਭ ਛੱਡ ਕੇ ਉਹਨਾਂ ਨੂੰ ਰੜੇ ਮੈਦਾਨਾਂ ਦੇ ਵਿੱਚ ਜਾ ਕੇ ਜਿੱਥੇ ਉਹਨਾਂ ਕੋਲ ਪੈਸੇ ਨਹੀਂ ਆ ਕੰਮ ਨਹੀਂ ਆ ਘਰ ਨਹੀਂ ਆ ਤੇ ਇੱਕਦਮ ਜ਼ਿੰਦਗੀ ਦੇ ਵਿੱਚ ਇੰਨਾ ਵੱਡਾ ਜਿਹੜਾ ਹੁਣ ਝਟਕਾ ਲੱਗਣਾ ਬਦਲਾਵ ਆ ਜਾਣਾ ਇਹ ਤਾਂ ਬਹੁਤ ਜ਼ਿਆਦਾ ਇਹ ਉਹ ਲੋਕ ਹੀ ਦੱਸ ਸਕਦੇ ਆ ਜਿਨ੍ਹਾਂ ਨੇ ਸਿਆ ਸਾਡੇ ਵਰਗੇ ਤੇ ਗਾਣੇ ਗਾ ਕੇ ਤੇ ਗੱਲਾਂ ਗੁੱਲਾਂ ਕਰਕੇ ਇਹਨਾਂ ਨੇ ਫਿਰ ਚੁੱਪ ਕਰਕੇ ਬਹਿ ਜਾਣਾ ਅਗਲੇ ਗਾਣੇ ਦੇ ਉੱਤੇ ਫੇਰ ਇਹ ਤੁਰ ਜਾਣਗੇ ਪਰ ਉਹ ਲੋਕ ਜਿਨ੍ਹਾਂ ਨੇ ਇਹ ਹੰਡਾਇਆ ਸਜ਼ਾਵਾਂ ਉਹ ਗਣਾ ਜੋ ਇਹਨਾਂ ਨੇ ਕਦੇ ਕੀਤੇ ਹੀ ਨਹੀਂ ਕਿਤੇ ਬਿਲਕੁਲ ਸਜ਼ਾਵਾਂ ਉਹਨਾਂ ਦੀਆਂ ਭੁਗਤ ਦੇ ਫਿਰਦੇ ਨੇ ਲੋਕ ਸੱਚਮੁੱਚ ਜਿਹੜੀ ਪੀੜ੍ਹੀ ਮੈਨੂੰ ਲੱਗਦਾ ਇੱਕ ਹੀ ਪੀੜ੍ਹੀ ਰਹਿ ਗਈ ਹੈ ਜਿਹੜੀ ਅੱਜ ਵੀ ਜਿਉਂਦੀ ਹੈ ਉਸ ਉਮਰ ਤੱਕ ਹਮ ਹਮ ਆ ਇਸ ਤਾਈ ਸਤਾ ਵੀ ਖਤਮ ਹੋ ਜਾਣੀ ਹੈ ਤੇ ਪਤਾ ਨਹੀਂ ਮੇਰੇ ਨਾਲ ਦੇ ਮੇਰੀ ਉਮਰ ਦੇ ਜਿੰਨੇ ਵੀ ਸੱਜਣ ਮਿੱਤਰ ਨੇ ਜਿਹੜੀ ਵੀ ਪੀੜ੍ਹੀ ਆ ਮੈਂ ਕਹੂੰਗਾ ਕਿ ਉਹਨਾਂ ਦੀਆਂ ਯਾਦਾਂ ਨੂੰ ਸੰਭਾਲ ਕੇ ਰੱਖੋ ਉਹਨਾਂ ਨਾਲ ਗੱਲਾਂ ਬਾਤਾਂ ਕਰੋ ਜਿਨ੍ਹਾਂ ਦੇ ਕੋਲ ਉਹ ਬਜ਼ੁਰਗ ਹੈਗੇ ਉਹਨਾਂ ਦੀ ਕੋਈ ਵੀਡੀਓ ਬਣਾ ਕੇ ਰੱਖ ਲਓ ਉਹਨਾਂ ਦੀਆਂ ਗੱਲਾਂ ਸੁਣ ਲਓ ਉਹਨਾਂ ਨੂੰ ਰਿਕਾਰਡ ਕਰਕੇ ਰੱਖ ਲਓ ਸਾਰੀ ਉਮਰ ਤੁਹਾਨੂੰ ਇਹ ਕੰਮ ਆਏਗਾ ਕਿਉਂਕਿ ਇਸ ਤਰ੍ਹਾਂ ਨਹੀਂ ਤੇ ਖਤਮ ਹੋ ਜਾਣਾ ਜੀ ਅੱਛਾ ਤੁਹਾਡਾ ਆਪ ਦਾ ਕਿਸੇ ਦੇ ਨਾਲ ਤਾਰੂਫ ਹੋਇਆ ਇਸ ਤਰ੍ਹਾਂ ਜੋ ਸ਼ਖਸਤ ਗਵਾਹ ਹੋਣ ਉਸ 47 ਦੀ ਵੰਡ ਦੇ ਜਾਂ ਤੁਹਾਡਾ ਕੋਈ ਤਜਰਬਾ ਇਸ ਤਰ੍ਹਾਂ ਦਾ ਇਸ ਗੀਤ ਦੀ ਰਿਕਾਰਡਿੰਗ ਤੋਂ ਲੈ ਕੇ ਰਿਲੀਜ਼ ਤੋਂ ਬਾਅਦ ਹੁਣ ਤੱਕ ਜਿੰਨੇ ਲੋਕ ਤੁਹਾਨੂੰ ਮਿਲੇ ਨੇ ਮੇਰਾ ਨਹੀਂ ਇਸ ਤਰ੍ਹਾਂ ਦਾ ਕੋਈ ਮੈਂ ਮੈਂ ਕਿਸੇ ਨੂੰ ਮਿਲਿਆ ਨਹੀਂ ਕੋਈ ਮੇਰਾ ਐਕਸਪੀਰੀਅੰਸ ਨਹੀਂ ਰਿਹਾ ਹਾਂ ਕੁਝ ਦਿਨ ਪਹਿਲਾਂ ਜਦੋਂ ਮੈਂ ਇੱਕ ਕੈਨੇਡਾ ਦੇ ਇੱਕ ਰੇਡੀਓ ਦੇ ਉੱਤੇ ਇੰਟਰਵਿਊ ਕਰ ਰਿਹਾ ਸੀਗਾ ਇਸੇ ਗਾਣੇ ਦੇ ਸਬੰਧ ਵਿੱਚ ਬੜੀਆਂ ਸਾਰੀਆਂ ਕਾਲਸ ਔਰ ਬੜੇ ਸਾਰੇ ਬਜ਼ੁਰਗ ਰੂਰ ਹੈ ਸੀਗੇ ਗੱਲਾਂ ਕਰਦੇ ਉਹਨਾਂ ਨੂੰ ਆਪਣਾ ਟਾਈਮ ਯਾਦ ਆ ਗਿਆ ਨਾ ਜੀ ਜੀ ਤੇ ਇੱਕ ਕੋਈ ਸੀਗੇ ਭਾਈ ਸਾਹਿਬ ਜਿਹੜੇ ਕਿ ਉਹ ਰੇਡੀਓ ਵਾਲਾ ਨੇ ਸਾਡੇ ਨਾਲ ਹੀ ਆਨਲਾਈਨ ਕੀਤੀ ਉਹ ਬਾਅਦ ਚ ਮੈਨੂੰ ਪਤਾ ਚੱਲਿਆ ਕਿ ਜਿਹੜਾ ਸਾਡਾ ਵੀਡੀਓ ਆ ਕਿਉਂਕਿ ਜਿਹੜੀ ਫੁਟੇਜ ਹੈ ਉਹ origignal ਜਿਹੜਾ ਲੇਅਰ ਪੰਜਾਬ ਦੀ ਜਿਹੜਾ ਪਾਕਿਸਤਾਨ ਦੇ ਵਿੱਚ ਇੱਕ ਚੈਨਲ ਆ ਉਹਦੇ ਤੋਂ ਲਈ ਗਈ ਸੀਗੀ ਤੇ ਉਹਦੇ ਵਿੱਚ ਉਹਨਾਂ ਦੀ origignal ਫੁਟੇਜ ਸੀਗੀ ਜਦੋਂ ਉਹ ਇਸ ਟਾਈਮ ਕੈਨੇਡਾ ਦੇ ਵਿੱਚ ਬੈਠੇ ਨਹੀਂ ਤੇ ਉਹ ਆਪਣੇ ਪਾਕਿਸਤਾਨ ਆਪਣੇ ਘਰ ਦੇ ਵਿੱਚ ਜਦੋਂ ਗਏ ਉਹਨਾਂ ਨੂੰ ਮਿਲੇ ਤੇ ਮੇਰੀ ਉਹਨਾਂ ਨਾਲ ਗੱਲਬਾਤ ਹੋਈ ਔਨ ਏਅਰ ਹੀ ਜੀ ਤੇ ਮੈਨੂੰ ਬੜਾ ਇੱਕਦਮ ਮਤਲਬ ਹੋਇਆ ਕਿ ਯਾਰ ਇਹ ਸੱਚਮੁੱਚ ਹੀ ਉਹ ਲੋਕ ਨੇ ਨਾ ਪਾਕਿਸਤਾਨ ਜਾ ਕੇ ਜਿਨ੍ਹਾਂ ਨੇ ਆਪਣੇ ਦਾਦੇ ਪੜਦਾਦਿਆਂ ਦਾ ਘਰ ਉਹਨਾਂ ਨੇ ਦੱਸਿਆ ਜੀ ਵੀ ਇੰਨੇ ਮਿੰਟ ਤੋਂ ਇੰਨੇ ਕਿ ਸੈਕਿੰਡ ਦੇ ਵਿੱਚ ਮੇਰਾ ਸ਼ਾਟ ਹੈ ਤੁਸੀਂ ਪਲੀਜ਼ ਯਕੂਬ ਜੀ ਦੇਖਣਾ ਮੈਂ ਆ ਬੰਦਾ ਬੋਲ ਰਿਹਾ ਹਾਂ ਪਰ ਮੈਂ ਦੇਖਿਆ ਵੀ ਬਾਤ ਦੇ ਵਿੱਚ ਜੀ ਉਹ ਗੱਲ ਅਗਲੱਗ ਕਿ ਇਹ ਤੁਹਾਨੂੰ ਆਪਣਾ ਨਿੱਜੀ ਜਾਂ ਜੋੜ ਇੱਕ ਲੱਗਿਆ ਹੋਣਾ ਇਸ ਗੀਤ ਦੇ ਨਾਲ ਹਾਂਜੀ ਬਿਲਕੁਲ ਮੈਨੂੰ ਲੱਗਿਆ ਔਰ ਆਰਟਿਸਟ ਹੋਣ ਦੇ ਨਾਤੇ ਇਦਾਂ ਲੱਗਦਾ ਹੈ ਕਿ ਜਦੋਂ ਤੁਹਾਡੇ ਕੋਲ ਸ਼ਬਦ ਪਹੁੰਚਦੇ ਨੇ ਹੂੰ ਤੇ ਮੇਰੇ ਖਿਆਲ ਨਾਲ ਜਿੰਨੇ ਵੀ ਕੰਪੋਜ਼ਰ ਜਾਂ ਸਿੰਗਰ ਨੇ ਉਹ ਮੇਰੀ ਗੱਲ ਨਾਲ ਬਾਵਾਸਤਾ ਹੋਣਗੇ ਜੋ ਤੁਹਾਡੇ ਕੋਲ ਸ਼ਬਦ ਪਹੁੰਚਦੇ ਨੇ ਤੇ ਉਹਨਾਂ ਸ਼ਬਦਾਂ ਨੂੰ ਜਦੋਂ ਤੱਕ ਤੁਸੀਂ ਉਹਨਾਂ ਤੱਕ ਪਹੁੰਚਦੇ ਨਹੀਂ ਜੀ ਤੁਸੀਂ ਉਹਨੂੰ ਤੁਹਾਡੀ ਸਮਝ 'ਚ ਨਹੀਂ ਆਉਂਦੀ ਉਦੋਂ ਤੱਕ ਤੁਸੀਂ ਉਹਨੂੰ ਸਹੀ ਤਰੀਕੇ ਨਾਲ ਕੰਪੋਜ਼ ਨਹੀਂ ਕਰ ਸਕਦੇ ਉਹਦੇ ਵਿੱਚ ਰੂਹ ਨਹੀਂ ਫੂਕੀ ਜਾ ਸਕਦੀ ਬਿਲਕੁਲ ਬਿਲਕੁਲ ਤੇ ਇਹੀ ਕਾਰਨ ਸੀ ਜਦੋਂ ਇਹ ਲਿਰਿਕਸ ਆਏ ਤੇ ਮੈਂ ਫਿਰ ਬੜੇ سارے ਰਿਸਰਚ ਕੀਤੇ ਗਾਣੇ ਦੇਖੇ ਬਹੁਤ ਸਾਰੇ ਵੀਡੀਓਜ਼ ਦੇਖ ਕੇ ਉਹਨਾਂ ਲੋਕਾਂ ਦੇ ਜਿਹੜੇ 1947 ਦੀ ਉਸ ਵੰਡ ਦੇ ਜਿਹੜੇ ਸ਼ਿਕਾਰ ਹੋਏ ਨੇ ਹੈਨਾ ਜੀ ਹੂੰ ਹੂੰ ਤੇ ਸੱਚਮੁੱਚ ਉਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਰੂਹ ਜਿਹੜੀ ਆ ਉਹ ਰੂਹ ਕਰ ਲਾਉਂਦੀ ਆ ਅੱਖਾਂ ਪਰ ਆਉਂਦੀਆਂ ਨੇ ਮੈਂ ਤਾਂ ਜਿੰਨੀ ਵਾਰੀ ਵੀ ਗਾਇਆ ਆ ਅੱਖਾਂ ਪਰ ਆਉਂਦੀਆਂ ਉਹਨਾਂ ਨੂੰ ਸੁਣ ਕੇ ਕਿਉਂਕਿ ਲੋਕ ਯਾਦ ਆਉਂਦੇ ਤੁਹਾਡੀਆਂ ਆਪਦੀਆਂ ਪਸੰਦੀਆਂ ਸਤਰਾਂ ਕਿਹੜੀਆਂ ਨੇ ਇਸ ਗੀਤ ਦੇ ਵਿੱਚ ਮੇਰੇ ਸਾਰੇ ਗਾਣੇ ਹੀ ਖੈਰ ਪਸੰਦ ਆਇਆ ਪਰ ਚੰਗੀਆਂ ਗੱਲਾਂ ਜਿਹੜੀ ਨਾਰਮਲ ਗੱਲ ਆ ਜਿਹੜੀ ਹਰ ਕਿਸੇ ਨਾਲ ਨਿਭਦੀ ਆ ਉਹ ਇੱਕ ਤਾਂ ਇਹ ਬੜੀ ਅੱਛੀ ਗੱਲ ਆ ਇਹਦੇ ਵਿੱਚ ਕਿ ਉਹ ਗੁਨਾਹ ਜੋ ਉਹਨਾਂ ਨੇ ਉਹ ਗੁਨਾਹ ਜੋ ਉਹਨਾਂ ਨੇ ਕਦੇ ਕੀਤੇ ਹੀ ਨਹੀਂ ਸਜ਼ਾ ਮਾਇਉ ਨਾ ਦੀਆਂ ਭੁਗਤ ਦੇ ਫਿਰਦੇ ਨੇ ਲੋਕ ਕੰਡੇ ਸੰਤਾਲੀ ਵਾਲੇ ਚੁਗਦੇ ਫਿਰਦੇ ਨੇ ਲੋਕ ਤੇ ਮਤਲਬ ਜਿਹੜੀ ਚੀਜ਼ ਦੇ ਤੁਹਾਨੂੰ ਪਤਾ ਹੈ ਕਿ ਤੁਸੀਂ ਗਲਤੀ ਕੀਤੀ ਉਹਦੀ ਤੁਹਾਨੂੰ ਸਜ਼ਾ ਮਿਲੀ ਤੇ ਉਹ ਉਹਨੂੰ ਸਜ਼ਾ ਨੂੰ ਜਿਹੜਾ ਵਾ ਭੁਗਤਣ ਦੇ ਵਿੱਚ ਬੰਦੇ ਨੂੰ ਕੋਈ ਜਬ ਬਹੁਤਾ ਤਕਲੀਫ ਨਹੀਂ ਹੁੰਦੀ ਹੈ ਨਾ ਜੀ ਪਰ ਜਿਹੜੀ ਚੀਜ਼ ਤੁਸੀਂ ਕੀਤੀ ਨਹੀਂ ਜਿਹੜਾ ਕੰਮ ਹੀ ਨਹੀਂ ਕੀਤਾ ਤੇ ਉਹ ਕੰਮ ਜਿਹੜਾ ਤੁਹਾਡੀਆਂ ਸੋਚਾਂ 'ਚ ਵੀ ਨਾ ਹੋਵੇ ਤੁਹਾਨੂੰ ਪਤਾ ਹੋਵੇ ਪਤਾ ਹੀ ਨਹੀਂ ਕਿ ਆਹ ਹਨੇਰੀ ਵੀ ਤੁਹਾਡੇ ਤੇ ਝੋਲ ਜਾਨੀ ਹੈ ਤੇ ਉਹਦੀਆਂ ਸਜ਼ਾਵਾਂ ਪੀੜੀ ਦਰ ਪੀੜੀਆਂ ਤੁਸੀਂ ਭੁਗਤ ਰਹੇ ਹੋ ਜੀ ਐਸੇ ਲੋਕ ਦੁਨੀਆ ਤੋਂ ਤੁਰ ਗਏ ਤਰਸਦੇ ਜਿਹੜੇ ਸੋਚਦੇ ਸੀ ਅਸੀਂ ਆਪਣੀ ਸਰਜ਼ਮੀਨ ਨੂੰ ਲੈਂਦੇ ਜਾਂ ਚੜ੍ਹਦੇ ਪੰਜਾਬ 'ਚ ਜਾ ਕੇ ਬਿਲਕੁਲ ਬਿਕੋਜ਼ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਸੀ ਜਿਹੜਾ ਆਪਣਾ ਘਰ ਦਾ ਸਮਾਨ ਬੰਨ ਕੇ ਰੱਖ ਕੇ ਆਏ ਸੀ ਇਹ ਸੋਚ ਕੇ ਵੀ ਵਾਪਸ ਆ ਜਾਵਾਂਗੇ ਵਾਪਸ ਆ ਜਾਵਾਂਗੇ ਕਦੇ ਮੌਕਾ ਮਿਲ ਜੇਗਾ ਉਹਨਾਂ ਨੂੰ ਅੱਜ ਤੱਕ ਤਰਸਦੇ ਮਰ ਗਏ ਕਿ ਕਦੇ ਕ੍ਰੋਸਿੰਗ ਇਨ ਕ੍ਰੋਸ ਹੋਣ ਦਾ ਮੌਕਾ ਨਹੀਂ ਮਿਲਿਆ ਜੋ ਆ ਯਾਕੂ ਤੁਸੀਂ ਜਦੋਂ ਗਾਣਾ ਚੁਣਦੇ ਹੋ ਆਪਣੇ ਗਾਉਣ ਦੇ ਲਈ 47 ਦੀ ਵੰਨਤ ਵਾਕਈ ਕਹੇ ਜੈ ਜ਼ਖਮ ਆ ਸਾਡੇ ਜ਼ਹਿਨ ਤੇ ਜਿਹੜਾ ਕਦੇ ਨਹੀਂ ਪਰ ਸਕਦਾ ਆਦਰਵਾਇਸ ਵੀ ਜਦੋਂ ਤੁਸੀਂ ਆਪਦੇ ਲਈ ਗਾਣਾ ਚੁਣਦੇ ਹੋ ਗਾਉਣ ਵਾਸਤੇ ਕਿਹੜੀਆਂ-ਕਿਹੜੀਆਂ ਗੱਲਾਂ ਦਾ ਤੁਸੀਂ ਖਾਸ ਖਿਆਲ ਰੱਖਦੇ ਹੋ ਕਿਉਂਕਿ ਤੁਹਾਨੂੰ ਸੁਣਨ ਵਾਲੀ ਜਿਹੜੀ ਲੋਕ ਨੇ ਬਹੁਤ ਲਿਮਿਟਿਡ ਲੋਕ ਨੇ ਔਰ ਉਹ ਲੋਕ ਨੇ ਜਿਹੜੇ ਸਦਾ ਵਾਸਤੇ ਤੁਹਾਡੇ ਨਾਲ ਜੁੜੇ ਹੋਏ ਨੇ ਉਹਨਾਂ ਸਭ ਦਾ ਸ਼ੁਕਰੀਆ ਜੀ ਨਹੀਂ ਮੈਨੂੰ ਇਦਾਂ ਲੱਗਦਾ ਜੀ ਕਿ ਮੈਂ ਗਾਣੇ ਤੇ ਕਦੇ ਧਿਆਨ ਨਹੀਂ ਦਿੰਦਾ ਤੇ ਨਾਈ ਮੈਂ ਚੁਣਦਾ ਆ ਮੈਨੂੰ ਲੱਗਦਾ ਕਿ ਹਮੇਸ਼ਾ ਜਿੰਨੇ ਵੀ ਮੈਂ ਗਾਣੇ ਕੀਤੇ ਗਾਣੀ ਮੈਨੂੰ ਚੁਣ ਲੈਂਦੇ ਆ ਜੀ ਕਿਉਂਕਿ ਉਹ ਚੀਜ਼ਾਂ ਬਣਦੀਆਂ ਨੇ ਹਨਾ ਤੁਹਾਡੇ ਜਿਹੜੀ ਜਿਹੜੀ ਇਹ ਕਾਇਨਾਤ ਆ ਜਿਹੜੀ ਕੁਦਰਤ ਆ ਉਹ ਤੁਹਾਡੇ ਆਲੇ-ਦੁਆਲੇ ਉਹਨਾਂ ਦਾ ਮਾਹੌਲ ਵੀ ਜਿਹੜੀ ਵੀ ਚੀਜ਼ ਜੇ ਜੇ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਕੋਈ ਕੰਪੋਜੀਸ਼ਨ ਜਾਂ ਕੋਈ 뮤직 ਡਾਇਰੈਕਟਰ ਜਾਂ ਕੋਈ ਕੋਈ ਲਿਰਿਕਸ ਆਇਆ ਹੈ ਤੇ ਉਹਦਾ ਕੋਈ ਮਤਲਬ ਹੈ ਮੈਨੂੰ ਤਾਂ ਐ ਲੱਗਦਾ ਵੀ ਜ਼ਿੰਦਗੀ ਦੇ ਵਿੱਚ ਅਗਰ ਤੁਹਾਨੂੰ ਕੋਈ ਇਨਸਾਨ ਵੀ ਮਿਲਦਾ ਆ ਜੀ ਤੇ ਬਹੁਤ ਸਾਰੇ ਲੋਕ ਹੁੰਦੇ ਆ ਜਿਹੜੇ ਕਦੇ ਮਿਲਦੇ ਨਹੀਂ ਆ ਮਿਲਣਾ ਚਾਹਣੇ ਆ ਜਾਂ ਬਹੁਤ ਸਾਰੇ ਲੋਕ ਐ ਹੋ ਜੀ ਹੁੰਦੇ ਆ ਜਿਹੜੇ ਇੱਕ ਵਾਰੀ ਮਿਲਦੇ ਜ਼ਿੰਦਗੀ ਚ ਕਦੇ ਮਿਲਦੇ ਨਹੀਂ ਦੁਬਾਰਾ ਨਹੀਂ ਮਿਲਦੇ ਕੁਝ ਲੋਕ ਐਸੇ ਹੁੰਦੇ ਜਿਨ੍ਹਾਂ ਨੂੰ ਇੱਕ ਵਾਰੀ ਮਿਲਦੇ ਸਾਰੀ ਜ਼ਿੰਦਗੀ ਭੁੱਲਦੇ ਨਹੀਂ ਜੀ ਹੈਨਾ ਜੀ ਕੁਝ ਐਸੇ ਲੋਕ ਹੁੰਦੇ ਆ ਜਿਨ੍ਹਾਂ ਕੋਲ ਬੈਠ ਜਾਓ ਤੁਹਾਡਾ ਉੱਠਣ ਨੂੰ ਦਿਲ ਨਹੀਂ ਕਰਦਾ ਜੀ ਕੁਝ ਲੋਕ ਐਸੇ ਜ਼ਿੰਦਗੀ ਚ ਆਉਂਦੇ ਤੁਸੀਂ ਸੋਚਦੇ ਯਾਰ ਇੱਥੋਂ ਨਿਕਲੇ ਕਿੱਦਾਂ ਜਾਏ ਹਾਂ ਹਾਂ ਸੋ ਮੈਨੂੰ ਲੱਗਦਾ ਹੈ ਕੁਦਰਤ ਸਾਰਾ ਕੁਝ ਕਰਦੀ ਆ ਰੂਹਾਂ ਨੂੰ ਮਿਲਾਉਂਦੀ ਆ ਇਹ ਮਸਲੇ ਜਿਹੜੇ ਇਹ ਬਣਦੇ ਆ ਇਹ ਘੜ ਤਾਂ ਜਿਹੜੀਆਂ ਕੁਦਰਤ ਘੜਦੀ ਹੈ ਆਪਣੇ ਆਪ ਹੀ ਖੜੀਆਂ ਜਾਂਦੀਆਂ। ਸੋ ਜਿੰਨੇ ਵੀ ਗਾਣੇ ਹੁਣ ਤੱਕ ਮੈਨੂੰ ਮਿਲੇ ਉਹਨਾਂ ਨੇ ਮੈਨੂੰ ਚੁਣਿਆ ਲੱਗਦਾ ਜੀ। ਜੀ। ਨਹੀਂ ਤੇ ਪਤਾ ਨਹੀਂ ਸ਼ਾਇਦ ਮੈਂ ਕਰਦਾ ਵੀ ਨਾ ਇਦਾਂ ਦੇ ਗਾਣੇ ਹਨ। ਪਰ ਜਿਹੜਾ ਗਾਇਕੀ ਦਾ ਸਫ਼ਰ ਤੁਸੀਂ ਸੁਣਿਆ ਆ ਆਮ ਤੌਰ ਤੇ ਮੰਨਿਆ ਜਾਂਦਾ ਕਿ ਕਮਰਸ਼ੀਅਲ ਦੇ ਨਾਲੋਂ ਬਿਲਕੁਲ ਵੱਖਰਾ ਹੈ ਇਹਦੇ ਚ ਸਟਰਗਲ ਬਹੁਤ ਹੈ। ਤੁਹਾਡਾ ਆਪ ਦਾ ਜਿਹੜਾ ਸਫ਼ਰ ਹੈ 15 ਸਾਲ ਹੋ ਗਏ ਤੁਹਾਨੂੰ ਸ਼ੁਰੂਆਤ ਕੀਤੀਆਂ ਲੋ। ਕਿ ਕਿੰਨੀ ਕ ਲੱਗਦਾ ਕਿ ਤੁਸੀਂ ਮੰਜ਼ਿਲ ਤੈਅ ਕਰ ਪਾਏ ਹੋ ਹੁਣ ਤੱਕ? ਮੈਨੂੰ ਲੱਗਦਾ ਜੀ ਜਿਹੜੀ ਮੰਜ਼ਿਲ ਆ ਨਾ ਉਹ ਸੈਟੀਸਫੈਕਸ਼ਨ ਦਾ ਦੂਜਾ ਨਾਮ ਆ। ਹਾਂ। ਯਾ ਤਾਂ ਤੁਸੀਂ ਸੈਟੀਸਫਾਈ ਹੋ ਯਾਰ ਜੋ ਕਰ ਰਹੇ ਆ ਚੰਗਾ। ਹਾਂ। ਹੈ ਨਾ ਜੀ। ਇਹ ਦੋ ਤਰੀਕੇ ਆ ਇਹਦੇ ਦੋ ਨਜ਼ਰੀਏ ਆ। ਜੀ। ਕਿ ਜੋ ਮਿਲ ਗਿਆ ਚੰਗਾ ਜੋ ਹੋ ਰਿਹਾ ਹੈ ਬਹੁਤ ਚੰਗਾ। ਹਾਂ। ਤੇ ਜੇ ਤਾਂ ਬੰਦਾ 네ਗੇਟਿਵ ਹੋ ਕੇ ਜਿਹੜੀਆਂ ਚੀਜ਼ਾਂ ਨਹੀਂ ਹੋ ਰਹੀਆਂ ਜਾਂ ਜਿਹੜੀਆਂ ਤੁਸੀਂ ਸੋਚਦੇ ਆ ਜਿ ਉਹਨਾਂ ਨੂੰ ਲੈ ਕੇ ਪਛਤਾਉਂਦੇ ਰਹੋਗੇ ਤੇ ਫਤ ਤਦ ਵੀ ਜ਼ਿੰਦਗੀ ਦਾ ਕੋਈ ਹੱਲ ਨਹੀਂ ਆ। ਕੋਸ਼ਿਸ਼ ਜੇ ਤਾਂ ਜਨੀਸ਼ ਜੀ ਦੀ ਮੈਨੂੰ ਇੱਕ ਗੱਲ ਬੜੀ ਅੱਛੀ ਲੱਗਦੀ ਆ ਕਿ ਉਹਨਾਂ ਇੱਕ ਕਿਤਾਬ ਚ ਲਿਖਿਆ ਮੈਂ ਪੜ੍ਹਿਆ ਸੀਗਾ ਕਿ ਇਸ ਨਦੀ ਦੇ ਇਸ ਕਿਨਾਰੇ ਤੋਂ ਬੀੜੀ ਜਿਹੜੀ ਉਹ ਤੁਰ ਗਈ ਔਰ ਤੁਸੀਂ ਇਸ ਬੀੜੀ 'ਚ ਬੈਠ ਗਏ ਹੋ ਜੀ ਤੇ ਇਸ ਬੀੜੀ ਨੇ ਦੂਸਰੇ ਕਿਨਾਰੇ ਤੇ ਜਾ ਕੇ ਹੁਣ ਰੁਕਣਾ ਆ ਹਾਂ ਮਰਜ਼ੀ ਤੁਹਾਡੀ ਆ ਵਿਚਲਾ ਸਫਰ ਤੁਸੀਂ ਰੋ ਕੇ ਕੱਟਣਾ ਕਿ ਹੱਸ ਕੇ ਕੱਟਣਾ ਬਿਲਕੁਲ ਬਿਲਕੁਲ ਹੈ ਨਾ ਜੀ ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਆ ਤੁਹਾਡੀ ਸੈਟੀਸਫੈਕਸ਼ਨ ਤੇ ਮੋਕ ਦੀਆਂ ਬਟ ਮੈਂ ਇਹ ਵੀ ਨਹੀਂ ਕਹਿੰਦਾ ਕਿ ਤੁਸੀਂ ਹਰ ਗੱਲ ਨੂੰ ਵੀ ਇਦਾਂ ਯਾਰ ਜੋ ਵੀ ਆ ਹੋ ਰਿਹਾ ਹੈ ਚੰਗਾ ਹੀ ਹੋ ਰਿਹਾ ਤੁਸੀਂ ਉਹਦੇ ਲਈ ਮਿਹਨਤ ਨਾ ਕਰੋ ਲੱਗੇ ਰਹਿਣਾ ਚਾਹੀਦਾ ਹੈ ਇਨਸਾਨ ਦਾ ਇਹ ਕਰਮਿਆਂ ਉਹ ਚੀਜ਼ਾਂ ਕਰਦੇ ਵੀ ਆ ਰਹੇ ਆ ਖੁਸ਼ ਵੀ ਆ ਜਿਹੜੀਆਂ ਚੀਜ਼ਾਂ ਜ਼ਿੰਦਗੀ ਵਿੱਚ ਹੋਈਆਂ ਇਹ ਬਹੁਤ ਚੰਗੀਆਂ ਤੇ ਜਿਹੜੀਆਂ ਚੀਜ਼ਾਂ ਅਜੇ ਚਾਹੀਦੀਆਂ ਆ ਵੀ ਆਪਾਂ ਨੂੰ ਕਰਨੀਆਂ ਚਾਹੀਦੀਆਂ ਉਹਦੇ ਲਈ ਐਫਰਟਸ ਵੀ ਕਰਦੇ ਪਏ ਆ ਜੀ ਜੀ ਜਿਹੜਾ ਤੁਹਾਡਾ ਆਪਦਾ ਪਰਿਵਾਰਕ ਬੈਕਗਰਾਉਂਡ ਹੈਗਾ ਉਹ ਸਾਰਾ ਸੰਗੀਤ ਦੇ ਨਾਲ ਸੰਬੰਧ ਰੱਖਦਾ ਹੈ ਤੁਹਾਡੇ ਦਾਦਾ ਜੀ ਤੁਹਾਡੇ ਫਾਦਰ ਸਾਹਿਬ ਜੀ ਪਰ ਉਹਨਾਂ ਦੀ ਲਾਈਫ ਦੇ ਵਿੱਚ ਵੀ ਜ਼ਾਹਿਰ ਹੈ ਕਿ ਬਹੁਤ ਸਟਰਗਲ ਰਿਆ ਹੋਏਗਾ ਕਾਇਕੀ ਦੇ ਦੌਰ ਦੇ ਵਿੱਚ ਕਦੀ ਤੁਹਾਡੇ ਪੇਰੈਂਟਸ ਵੱਲੋਂ ਤੁਹਾਨੂੰ ਇਹ ਨਹੀਂ ਕਿਹਾ ਗਿਆ ਕਿ ਆ ਪੜ੍ਹ ਲਿਖ ਕੇ ਇੱਕ ਚੰਗੀ ਨੌਕਰੀ ਲੱਗ ਜਾਓ ਰੋਟੀ ਪੱਕਦੀ ਹੋ ਜਾਏਗੀ ਤੇ ਕਾਫੀ ਹੈ ਪਤਾ ਨਹੀਂ ਜੀ ਮੈਂ ਜਿਸ ਮਾਹੌਲ ਚੋਂ ਨਿਕਲੇ ਆ ਕਦੀ ਨਾ ਤਾਂ ਇਹ ਜ਼ਿਕਰ ਹੋਏ ਨਾ ਕਦੇ ਗੱਲਾਂ ਹੋਈਆਂ ਕਿਉਂਕਿ ਪੇਰੈਂਟਸ ਚਲੋ ਹਰ ਮਾਪਿਓ ਮੈਨੂੰ ਲੱਗਦਾ ਹੈ ਕਿ ਜਿੰਨੇ ਕੁ ਜੋਗਾ ਹੁੰਦਾ ਆ ਉਹ ਆਪਣੀ ਔਕਾਤ ਤੋਂ ਵੱਧ ਕੇ ਆਪਣੇ ਬੱਚੇ ਵਾਸਤੇ ਕਰਦਾ ਉਹ ਚਾਹੇ ਜਿਹੇ ਵੀ ਹਾਲਾਤਾਂ ਚ ਹੈਗਾ ਜੀ ਸ਼ਾਇਦ ਪਰ ਮੇਰਾ ਜਿਹੜਾ ਬਚਪਨ ਸੀਗਾ ਜਾਂ ਜਿਹੜੀ ਫੈਮ ਫੈਮਲੀ ਦਾ ਜਿਹੜੀ ਬੈਕਗ੍ਰਾਉਂਡ ਸੀਗੀ ਮੇਰੀ ਇਦਾਂ ਦਾ ਕਦੇ ਜ਼ਿਕਰ ਹੋਇਆ ਹੀ ਨਹੀਂ ਨੌਕਰੀਆਂ ਨੌਕਰੀਆਂ ਤੱਕ ਜਾਂ ਪੜ੍ਹਨਾ ਪੜ੍ਹਾਉਣਾ ਕਦੇ ਸੋਚ ਵੀ ਨਹੀਂ ਸੀਗੇ ਮੈਨੂੰ ਲੱਗਦਾ ਕਦੇ ਮੇਰੇ ਨਾਲ ਤੇ ਇਦਾਂ ਹੋਇਆ ਨਹੀਂ ਜੀ ਇਹ ਹਾਂ ਇਹ ਹੈ ਕਿ ਅੱਗੇ ਆਏ ਗਏ ਜਿਵੇਂ ਚੰਗੇ ਲੋਕ ਜ਼ਿੰਦਗੀ 'ਚ ਆ ਗਏ ਪੜ੍ਹੇ ਲਿਖੇ ਲੋਕ ਆ ਗਏ ਚੰਗੇ ਸ਼ਾਇਰ ਆ ਗਏ ਜ਼ਿੰਦਗੀ ਦੇ ਵਿੱਚ ਫਿਰ ਕਿਤਾਬਾਂ ਪੜ੍ਹਨ ਦੀ ਛੇਟਕ ਲੱਗ ਗਈ ਚੰਗੇ ਲੋਕਾਂ ਦੇ ਨਾਲ ਸੋਸਾਇਟੀ ਜਿਹੜੀ ਉਹ ਚੰਗੀ ਮਿਲ ਗਈ ਤੇ ਇਹ ਮਨ 'ਚ ਸ਼ੌਕ ਜ਼ਰੂਰ ਸੀਗਾ ਕਿ ਚੰਗੇ ਮਾੜੇ ਦਾ ਪਤਾ ਸੀਗਾ ਵੀ ਕਿਹੜੀ ਚੀਜ਼ ਨਹੀਂ ਕਰਨੀ ਕਿ ਨਾ ਲੋਕਾਂ ਚ ਬੈਠਣਾ ਚਾਹੀਦਾ ਕਿ ਨਾ ਚ ਨਹੀਂ ਬੈਠਣਾ ਚਾਹੀਦਾ ਜੀ ਜਿਵੇਂ ਮੈਂ ਕਹਿੰਨਾ ਕੁਦਰਤ ਨੇ ਮੈਨੂੰ ਸਾਰੀਆਂ ਚੀਜ਼ਾਂ ਦਿੱਤੀਆਂ ਵੀ ਉਹ ਪਲਾਨਿੰਗ ਜਿਹੜੀ ਹੈ ਇਹ ਇਹ ਨੇਚਰ ਹੀ ਕਰਦੀ ਆ ਮੇਰੇ ਲਈ ਚੰਗੀਆਂ ਹੀ ਹੋਈਆਂ ਹੁਣ ਤੱਕ ਜੀ 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 ਕੁਦਰਤੀ ਤੌਰ ਤੇ ਦੇਖਿਆ ਜਾਵੇ ਤਾਂ ਇਹ ਇਹ ਵੀ ਇੱਕ ਬਹੁਤ ਵੱਡੀ ਗੱਲ ਹੈ ਕਿ ਪਿੰਡ ਖੇਮਕਰਨ ਤੋਂ ਇੱਕ ਬੱਚਾ ਨਿਕਲਿਆ ਯਾਕੂਬ ਔਰ ਅੱਜ ਉਹ ਇੱਕ ਕਮਰਸ਼ਲ ਇੰਡਸਟਰੀ ਦੇ ਵਿੱਚ ਹੈ ਜਿੱਥੇ ਪਤਾ ਹੈ ਕਿ ਬਹੁਤ ਘੱਟ ਲੋਕ ਹੋਣਗੇ ਮੈਨੂੰ ਸੁਣਨ ਵਾਲੇ ਮੇਰੇ ਤੱਕ ਪਹੁੰਚਣ ਵਾਲੇ ਤੁਹਾਨੂੰ ਆਪ ਨੂੰ ਕੀ ਲੱਗਦਾ ਹੈ ਕਿ ਕੀ ਪਿੰਡ ਦੇ ਵਿੱਚੋਂ ਨਿਕਲਣ ਹੋਣ ਨਿਕਲੇ ਹੋਣ ਦੇ ਬਾਵਜੂਦ ਇੱਕ ਬਹੁਤ ਘੱਟ ਕੁਆਲਿਫਿਕੇਸ਼ਨ ਲੈ ਕੇ ਤੁਸੀਂ ਜਿਹੜਾ ਮੁਕਾਮ ਹਾਸਲ ਕੀਤਾ ਹੈ ਤੇ ਇਹਦੇ ਕੰਪੈਰੀਜ਼ਨ ਦੇ ਵਿੱਚ ਜੇਕਰ ਕਿਸੇ ਇੱਕ ਇਹੋ ਜਿਹੇ ਬੱਚੇ ਦੀ ਗੱਲ ਕਰੀਏ ਜਿਹੜਾ ਆਲਰੇਡੀ ਇਸਟੈਬਲਿਸ਼ਡ ਹੋਵੇ ਇੰਡਸਟਰੀ ਦੇ ਵਿੱਚ ਆਹੇ ਫੈਮਿਲੀ ਬੈਕਗ੍ਰਾਉਂਡ ਕਰਕੇ ਅਦਰਵਾਈਜ਼ ਕੋਈ ਫਰਕ ਹੈ ਯਹਰ ਕਿਸੇ ਦਾ ਸਫਰ ਆਪੋ ਆਪਣਾ ਹੈ ਤੇ ਹਰ ਕਿਸੇ ਦੇ ਐਫਰਟਸ ਵੀ ਆਪੋ ਆਪਣੇ ਨੇ ਹਾਂਜੀ ਨਹੀਂ ਮੈਂ ਇਸ ਸੀਜ਼ਨ ਨੂੰ ਲੈ ਕੇ ਕਦੇ ਨਰਾਸ਼ ਨਹੀਂ ਹੁੰਦਾ ਜੀ ਕਹੀ ਵੀ ਆਰਟਿਸਟ ਨੂੰ ਚਾਹੇ ਗੁਰੇਚ ਫੈਮਿਲੀ ਤੋਂ ਆ ਯਾਕੂਬ ਕੇ ਕੇ ਸਟਾਰ ਹਨਾ ਸਟਾਰ ਕਿਹਨੇ ਹੈਗਾ ਮੈਂ ਚੀਜ਼ ਨੂੰ ਲੈ ਕੇ ਕਦੇ ਕਦੇ ਆਪਣੇ ਆਪ ਦਾ ਕੰਪੇਅਰ ਨਹੀਂ ਕਰਦਾ ਆਪਣੇ ਆਪ ਨੂੰ ਕਿਸੇ ਦੇ ਨਾਲ ਵੀ ਕਿਉਂਕਿ ਸਾਰਿਆਂ ਦਾ ਸਫਰ ਵੱਖਰਾ ਵੱਖਰਾ ਹੈ ਮੈਂ ਸੋਚਦਾ ਹਾਂ ਮਤਲਬ ਜਿੱਥੋਂ ਉਹਨਾਂ ਲੋਕਾਂ ਦੀ ਸ਼ੁਰੂਆਤ ਹੋਈ ਆ ਹਾਂ ਉਹ ਚੀਜ਼ਾਂ ਸਾਡੀ ਜ਼ਿੰਦਗੀ ਚ ਕਦੇ ਖਿਆਲਾਂ ਚ ਨਹੀਂ ਸੀਗੀਆਂ ਫਿਰ ਅਸੀਂ ਕਿਵੇਂ ਕੰਪੇਅਰ ਕਰ ਸਕਦੇ ਹਾਂ ਤੇ ਮੈਨੂੰ ਲੱਗਦਾ ਮੈਂ ਉਹਨਾਂ ਨਾਲੋਂ ਬਹੁਤ ਜ਼ਿਆਦਾ ਵਧੀਆ ਹਾਂ ਉਸ ਤਰੀਕੇ ਦੇ ਨਾਲ ਕਈ ਲੋਕ ਮੈਨੂੰ ਕਹਿੰਦੇ ਕਿ ਯਾਰ ਜੇ ਤੂੰ ਕਮਰਸ਼ੀਅਲ ਹੁੰਦਾ ਸ਼ਾਇਦ ਜਿੰਨਾ ਤੇਰਾ ਨਾਮ ਹੈ ਜਿੰਨਾ ਤੇਰਾ ਸਰਕਲ ਹੈ ਤੈਨੂੰ ਕਮਰਸ਼ੀਅਲ ਕਰਨਾ ਚਾਹੀਦਾ ਆ ਵੀ ਤੂੰ ਉਹਨਾਂ ਨਹੀਂ ਕਰ ਪਾਇਆ ਉਹਨਾਂ ਨਾਮ ਨਹੀਂ ਬਣ ਪਾਇਆ ਜਿੰਨਾ ਤੇਰਾ ਬਣਨਾ ਚਾਹੀਦਾ ਸੀ ਤੇ ਮੈਨੂੰ ਲੱਗਦਾ ਕਿ ਜਿਹੜਾ ਇੱਕ ਮੁੰਡਾ ਪਿੰਡ ਦੇ ਇਹ ਜਗ੍ਹਾ ਦੇ ਉੱਤੇ ਉੱਠ ਕੇ ਜੀ ਇੱਥੇ ਬੈਠਾ ਤੁਹਾਡੇ ਨਾਲ ਅੱਜ ਚੰਡੀਗੜ੍ਹ ਦੇ ਏ ਦੂਰਦਰਸ਼ਨ ਦੇ ਉੱਤੇ ਇੰਟਰਵਿਊ ਕਰ ਰਿਹਾ ਆ ਉਹਦੇ ਲਈ ਬੜੀ ਵੱਡੀ ਪ੍ਰਾਪਤੀ ਆ ਤੇ ਮੈਨੂੰ ਲੱਗਦਾ ਹੈ ਕਿ ਜੇ ਉਹ ਸੋਚਾਂਗਾ ਉਹ ਨੈਗੇਟਿਵ ਹੈ ਇਹ ਪੋਜ਼ਿਟਿਵ ਹੈ ਮੈਨੂੰ ਆਪਣੇ ਰਾਹ ਤੇ ਰਹਿਣਾ ਚਾਹੀਦਾ ਹੈ ਕਿ ਜਿਹੜੀ ਪ੍ਰਾਪਤੀ ਹੋ ਗਈ ਹੈ ਜਿਹੜੀ ਪ੍ਰਾਪਤੀ ਹੈ ਉਹਨੂੰ ਲੈ ਕੇ ਆਨੰਦ ਲੈਣਾ ਚਾਹੀਦਾ ਆ ਨਾ ਕਿ ਦੂਜੀਆਂ ਚੀਜ਼ਾਂ ਨੂੰ ਸੋਚ-ਸੋਚ ਕੇ ਪਰੇਸ਼ਾਨ ਹੋਣਾ ਜੀ ਅੱਛਾ ਯਾ ਕੁਬ ਆਪਾਂ ਗੱਲਾਂ ਬਾਤਾਂ ਜ਼ਰੂਰ ਕਰਦੇ ਰਹਾਂਗੇ ਪਰ ਨਾਲ ਦੀ ਨਾਲ ਜਿਹੜੀਆਂ ਸੰਗੀਤ ਦੀ ਮਿਠਾਸ ਦੀ ਗੱਲ ਹੈ ਉਹ ਜ਼ਰੂਰ ਰੱਖਾਂਗੇ ਇਹ ਕਲ ਰਮਜ਼ਾ ਸਮਝਾ ਵਾਲੀ ਕੋਣ ਇਹਨਾਂ ਨੂੰ ਸਮਝਾਵੇ ਹਾਲ ਬੁਲੇ ਦਾ ਐਸਾ ਕਰਤਾ ਤਰਸ ਬੁਲੇ ਤੇ ਆਵੇ ਏ ਗੱਲ ਰਮਜ਼ਾ ਸਮਝਾ ਵਾਲੀ ਕੌਣ ਇਹਨਾਂ ਨੂੰ ਸਮਝਾਵੇ ਹਾਲ ਬੁਲੇ ਦਾ ਐਸਾ ਕਰਤਾ ਤਰਸ ਬੁਲੇ ਤੇ ਆਵੇ ਬੁਲੇ ਨੇ ਤਾਂ ਕੁੱਲੀ ਮੱਲੀ ਨਾ ਮੱਲਿਆ ਕੁੱਲਾ ਇਥੇ ਡੂੰਘ ਸਮੁੰਦਰ ਮਾਰਨ ਉੱਚੀਆਂ ਛੱਲਾ ਇਥੇ ਸਾਰੇ ਇਨਾਇਤ ਸ਼ਾਨੇ ਰੱਬ ਨਾਲ ਸਿੱਧੀਆਂ ਗੱਲਾਂ ਹਰ ਕੋਈ ਇਥੇ ਡੂੰਘ ਸਮੁੰਦਰ ਮਾਰਨ ਉੱਚੀਆਂ ਛੱਲਾ ਇਥੇ ਸਾਰੇ ਇਨਾਇਤ ਸ਼ਾਨੇ ਰੱਬ ਨਾਲ ਸਿੱਧੀਆਂ ਮਲਾਸੀ ਐਵੇਂ ਕਹਿੰਦਾ ਸੀ ਬੁਲਾ ਨਹੀਂ ਮੈਂ ਬੁਲਾ ਸਾਰੀ ਦੁਨੀਆ ਨਚਾਈ ਫਿਰੇ ਬੁਲਾ ਨਾਲ ਆਪਣਾ ਮਚਾਈ ਫਿਰੇ ਛੰਨਾ ਦੁਨੀਆ ਨਚਾਈ ਫਿਰੇ ਬੁਲਾ ਨਾਲ ਆਪਣਾ ਮਚਾਈ ਫਿਰੇ ਵੱਡਾ ਕਲੰਦਰ ਐਲਬਮ ਦੇ ਵਿੱਚ ਇੱਕ ਗੀਤ ਸੀ ਦੌਲਤ ਸ਼ਹਰਤ ਜੀ ਔਰ ਮੇਰਾ ਪਸੰਦੀਦਾ ਨਿੱਜੀ ਤੌਰ ਤੇ ਪਸੰਦੀਦਾ ਗੀਤ ਹੈ ਮੈਂ ਕਹਿੰਦਾ ਜੀ ਉਹਦੇ ਵਿੱਚ ਐਲਬਮ ਸੀ ਪੂਰੀ ਤੇ ਕਰਦ ਸੱਤ ਅੱਠ ਸੌਂਗ ਸੀ ਉਹਦੇ ਚ ਜੀ ਜੇ ਮੈਂ ਤੁਹਾਨੂੰ ਦੌਲਤ ਸ਼ਹਰਤ ਦਾ ਸੁਣਾਣਾ ਹੈ ਹਮ ਮੀਆ ਬਖਤਾਵਰ ਸਾਹਿਬ ਉਹਨਾਂ ਦਾ ਲਿਖਿਆ ਹੋਇਆ ਹੈ ਬੜੀ ਕਮਾਲ ਦੇ ਸ਼ਾਇਰ ਨੇ ਵਾਕਈ ਔਰ ਤੁਹਾਡੀਆਂ ਜਿਹੜੀਆਂ ਉਹ ਦੋ ਐਲਬਮਸ ਸੀਗੀਆਂ ਉਹਨਾਂ ਵੱਲੋਂ ਜ਼ਿਆਦਾਤਰ ਗੀਤ ਲਿਖੇ ਹੋਏ ਸੀ ਜੀ ਜੀ ਮੈਂ ਜਿਵੇਂ ਸ਼ੁਰੂ ਚ ਗੱਲ ਕੀਤੀ ਸੀ ਕਿ ਵੀ ਚੰਗੇ ਲੋਕਾਂ ਦਾ ਸਾਥ ਤੁਹਾਡੀ ਜ਼ਿੰਦਗੀ ਚ ਮਿਲ ਗਿਆ ਉਹਦੇ ਵਿੱਚ ਸਭ ਤੋਂ ਪਹਿਲੇ ਜਿਹੜੇ ਸੀਗੇ ਉਹ ਸਰਦਾਰ ਦਲਜੀਤ ਸਿੰਘ ਜੀ ਜਿਹੜੇ ਮਿਊਜ਼ਿਕ ਡਾਇਰੈਕਟਰ ਨੇ ਤੇ ਦੂਜੇ ਬਖਤਾਵਰ ਸਾਹਿਬ ਉਹਨਾਂ ਦਾ ਬੜਾ ਜਿਹੜਾ ਆ ਉਹ ਹਿੱਸਾ ਰਿਹਾ ਰੋਲ ਰਿਹਾ ਹੈ ਮੇਰੀ ਜ਼ਿੰਦਗੀ ਚ ਅੱਜ ਵੀ ਹੈ ਉਹਨਾਂ ਦੀਆਂ ਲਿਖੀਆਂ ਲਾਈਨਾਂ ਨੇ ਕਿ ਦੌਲਤ ਇਸ਼ਾਰਤ ਰਤਬੇ ਇਹ ਸਭ ਮਿੱਟੀ ਨੇ ਉਹ ਮਿੱਟੀ ਮਿੱਟੀ ਕਰਦਿਆ ਮਿੱਟੀ ਹੋ ਜਾਣਾ ਦੌਲਤ ਇਸ਼ਾਰਤ ਰਤਬੇ ਇਹ ਸਭ ਮਿੱਟੀ ਨੇ ਮਿੱਟੀ ਮਿੱਟੀ ਕਰਦਿਆਂ ਮਿੱਟੀ ਹੋ ਜਾਣਾ ਉਠ ਸਵੇਰੇ ਗਾਫਿਲ ਕਾਨੂੰ ਸੁਤਾਏ ਇੱਕ ਦਿਨ ਗੂੜੀ ਨੀਂਦੇ ਸੁੱਤਿਆਂ ਸੌ ਜਾਣਾ ਛੱਡ ਬਖਤਾ ਵਰ ਜਗ ਦੀਆਂ ਖੇਡਾਂ ਝੂਠੀਆਂ ਨੇ ਝੂਠੀਆਂ ਨੇ ਝੂਠੀਆਂ ਨੇ ਝੂਠੀਆਂ ਨੇ ਛੱਡ ਬਖਤਾਵਰ ਜੱਗ ਦੀਆਂ ਖੇਡਾਂ ਝੂਠੀਆਂ ਨੇ ਹੋ ਜਿਹੜੇ ਦੇਸੋਂ ਆਇਆ ਉੱਥੇ ਪਹੁੰਚਣਾ ਧੰਦੇ ਲੱਗੇ ਆ ਬਾਰ ਬੜੇ ਨੇ ਝੂਠੇ ਸੱਚੇ ਯਾਰ ਬੜੇ ਨੇ ਪਰ ਬਾਤੀਆਂ ਯਾਰਾਂ ਕਮ ਨਹੀਂ ਆਉਣਾ ਬਾਤੀਆਂ ਯਾਰਾਂ ਕਮ ਨਹੀਂ ਆਉਣਾ ਆਖਰ ਵੇਲੇ ਚਾਰ ਬੜੇ ਨੇ ਕਿਆ ਬਾਤ ਹੈ ਕਿਆ ਬਾਤ ਹੈ ਉਹ ਚਾਰ ਬੜੇ ਨੇ ਧੰਨ ਦੇ ਲੱਗੇ ਅੰਬਾਰ ਬੜੇ ਨੇ ਝੂਠੇ ਸੱਚੇ ਯਾਰ ਬੜੇ ਕਿਆ ਬਾਤ ਹੈ ਯਾਕੂਬ ਜਦੋਂ ਤੁਸੀਂ ਇਸ ਤਰ੍ਹਾਂ ਦੇ ਗੀਤ ਗਾਉਨੇ ਹੋ ਜ਼ਿੰਦਗੀ ਦੇ ਵਿੱਚ ਕਿਸੇ ਵੇਲੇ ਜਦੋਂ ਆਪਣੇ ਆਪਾ ਬਜ਼ੁਰਗਾਂ ਵੱਲ ਦੇਖੀਏ ਆਪਣੇ ਪੇਰੈਂਟਸ ਵੱਲ ਦੇਖੀਏ ਗ੍ਰੈਂਡਪੇਰੈਂਟਸ ਵੱਲ ਤਾਂ ਇੰਜ ਲੱਗਦਾ ਸੀਗਾ ਕਿ ਸੰਪੂਰਨਤਾ ਤੇ ਸੰਤੁਸ਼ਟੀ ਦੋ ਇਹੋ ਜੀਆਂ ਚੀਜ਼ਾਂ ਨੇ ਜਿਹੜੀਆਂ ਕਿ ਸਾਡੇ ਆਪ ਦੇ ਹੱਥ 'ਚ ਨਹੀਂ ਅੱਜ ਅੱਜ ਅਸੀਂ ਸਾਰੇ ਇਹ ਗੀਤ ਜਿਹੜੇ ਸੁਣਦੇ ਜ਼ਰੂਰ ਆ ਇਹਨਾਂ ਨੂੰ ਮਹਿਸੂਸ ਕਰਦੇ ਆਂ ਔਰ ਰੱਸ਼ ਰੱਸ਼ ਕਰਦੇ ਆਂ ਪਰ ਜ਼ਿੰਦਗੀ ਦੇ ਨਾਲ ਪ੍ਰੈਕਟੀਕਲੀ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਆ ਤੁਹਾਡਾ ਆਪ ਦੀ ਜ਼ਿੰਦਗੀ ਦੇ ਵਿੱਚ ਸੰਪੂਰਨਤਾ ਤੇ ਸੰਤੁਸ਼ਟੀ ਤੋਂ ਕੀ ਭਾਵ ਹੈ ਦੇਖੋ ਜੀ ਮੈਨੂੰ ਤੁਸੀਂ ਬੜੀ ਅੱਛੀ ਗੱਲ ਕੀਤੀ ਮੇਰੇ ਮੇਰੇ ਫਾਦਰ ਸਾਹਿਬ ਜਿਹੜੇ ਨੇ 우ਸਤਾਦ ਸ਼੍ਰੀ ਲਾਲ ਰਜ਼ਾ ਜੀ ਜੀ ਉਹਨਾਂ ਦੇ ਆ ਇੱਕ ਡਾਇਲੋਗ ਮੈਨੂੰ ਬੜਾ ਚੰਗਾ ਲੱਗਦਾ ਹੈ ਹਮੇਸ਼ਾ ਜਿਵੇਂ ਤੁਸੀਂ ਕਿਹਾ ਕਿ ਪੇਰੈਂਟਸ ਐਦਾਂ ਨਹੀਂ ਸੀ ਸੋਚਦੇ ਤੁਸੀਂ ਆ ਕਰ ਲੋ ਆ ਤੇ ਜੇ ਅੱਜ ਵੀ ਕਦੇ ਉਹ ਅਸੀਂ ਇਕੱਠੇ ਨਹੀਂ ਰਹਿੰਦੇ ਹਨਾ ਉਹ ਪਿੰਡ 'ਚ ਰਹਿੰਦੇ ਆ ਮੈਂ ਸ਼ਿਫਟ ਕਰ ਗਿਆ ਉੱਥੋਂ ਦੀ ਜੇ ਕਾਲ ਆ ਵੀ ਤਾਂ ਹਮੇਸ਼ਾ ਕਹਿੰਦੇ ਆ ਅੱਛਾ ਕਿੱਦਾਂ ਚੱਲ ਰਿਹਾ ਜੀ ਠੀਕ ਚੱਲ ਰਿਹਾ ਕੀ ਚੱਲ ਰਿਹਾ ਹਾਲਾਂਕਿ ਪਤਾ ਹੀ ਆ ਹਨਾ ਕਿ ਉਹ ਵੀ ਤਾਂ ਵਾਚ ਕਰਦੇ ਸਾਡੇ ਬੱਚਿਆਂ ਦੇ ਵੀ ਵੀ ਜਿਵੇਂ ਕੋਵਿਡ ਆ ਕੋਵਿਡ ਦੇ ਟਾਈਮ ਤੇ ਸਭ ਘਰ ਉਹਨਾਂ ਦਾ ਇਹ ਜਵਾਬ ਹੁੰਦਾ ਚੱਲ ਕੋਈ ਨਾ ਚਿੰਤਨ ਕਰ ਸਭ ਠੀਕ ਹੋ ਜਾਣਾ ਹੈਨਾ ਹਾਂ ਕਿ ਸਾਰੀਆਂ ਚੀਜ਼ਾਂ ਵਧੀਆ ਹੋ ਜਾਣੀ ਫਲਾਣਾ ਕੰਮ ਕੋਈ ਗੱਲ ਨਹੀਂ ਹੋ ਜਾਏਗਾ ਇਹਨੂੰ ਅਸੀਂ ਕੀ ਕਵਾਂਗੇ ਉਹ ਕਿਤੇ ਨਾ ਕਿਤੇ ਆਪਣੇ ਆਪ ਚ ਪੂਰੇ ਨਹੀਂ ਤੇ ਸੰਤੁਸ਼ਟ ਨਹੀਂ ਤੇ ਜੇ ਝਪੜਕਣ ਹੋਵੇ ਤੇ ਉਹ ਸਾਨੂੰ ਇਹ ਗੱਲਾਂ ਨਹੀਂ ਕਹਿ ਸਕਦੇ ਤੇ ਉਹਨਾਂ ਦਾ ਜਿਹੜਾ ਥਾਪੜਾ ਉਹਨਾਂ ਦੇ ਜਿਹੜੇ ਸ਼ਬਦ ਆ ਉਹ ਤੁਹਾਨੂੰ ਵੀ ਬਹੁਤ ਜ਼ਿਆਦਾ ਪੋਜ਼ਿਟਿਵ ਕਰਦੇ ਆ ਬਹੁਤ ਜ਼ਿਆਦਾ ਸਪੋਰਟ ਕਰਦੇ ਆ ਹਾਲਾਂਕਿ ਉਹਨਾਂ ਨੇ ਵੀ ਬੜੀਆਂ ਸਾਰੀਆਂ ਚੀਜ਼ਾਂ ਔਲਾਦ ਤੋਂ ਸੋਚੀਆਂ ਹੁੰਦੀਆਂ ਹਨ ਕਿ ਆਹ ਚੀਜ਼ਾਂ ਹੋਣਗੀਆਂ ਉਹ ਚੀਜ਼ਾਂ ਹੋਣਗੀਆਂ ਪਰ ਕਿਤੇ ਨਾ ਕਿਤੇ ਉਹ ਸੰਤੁਸ਼ਟ ਨਹੀਂ ਉਹ ਲੋਕ ਸਾਡੇ ਨਾਲੋਂ ਚੰਗੇ ਨਹੀਂ ਮੈਨੂੰ ਲੱਗਦਾ ਅੱਜ ਦੀ ਜਿਹੜੀ ਸਾਡੀ ਪੀੜ੍ਹੀ ਆ ਜਾਂ ਜਿਹੜੀ ਆਉਣ ਵਾਲੀ ਪੀੜ੍ਹੀ ਆ ਸਾਡੇ ਕੋਲ ਟਾਈਮ ਹੀ ਨਹੀਂ ਹੈਗਾ ਆਪਣੇ ਵਾਸਤੇ ਸਕੂਨ ਹੀ ਨਹੀਂ ਹੈਗਾ ਥੋੜੀ ਦਿਨ ਪਹਿਲਾਂ ਮੈਨੂੰ ਕਿਸੇ ਨੇ WhatsApp ਤੇ ਮੈਸੇਜ ਕੀਤਾ ਸੀਗਾ ਕਿ ਜੇ ਤੁਹਾਡੇ ਕੋਲ ਜਿਸ ਤਰ੍ਹਾਂ ਅੱਜਕੱਲ ਇਮੇਜਸ ਆ ਜਾਂਦੀਆਂ ਕਿ ਜੇ ਤੁਹਾਡੇ ਕੋਲ ਫੋਨ ਹੈ ਤੇ ਮਹਿਸੂਸ ਨਾ ਕਰੋਗੇ ਤੁਸੀਂ ਇਕੱਲੇ ਹੋ ਜੀ ਇਹ ਹਾਲਾਤ ਹੋ ਗਏ ਸਾਡੇ ਕੋਲ ਆਪਣੇ ਆਪ ਵਾਸਤੇ ਟਾਈਮ ਨਹੀਂ ਹੈਗਾ ਮੈਨੂੰ ਲੱਗਦਾ ਕੱਢਣਾ ਚਾਹੀਦਾ ਹੈ ਜੇ ਤੁਸੀਂ ਨਹੀਂ ਕੱਢੋਗੇ ਤੇ ਬਸ 2-4-5 ਸਾਲ ਹੀ ਆ ਫਿਰ ਡਾਕਟਰ ਕਢਵਾ ਲੈਣਗੇ ਖਡਵੋਣੇ ਸ਼ੁਰੂ ਹੋ ਜਾਣਗੇ ਨਾ ਦੇਖੋ ਤੁਸੀਂ ਫੋਨਾਂ ਵਾਸਤੇ ਵੀ ਜਿਹੜੇ ਆ ਜਿਵੇਂ ਨਸ਼ਾ ਐਡਿਕਟ ਜਿਹੜੇ ਸੈਂਟਰ ਸੀਗੇ ਉਹ ਫੋਨ ਦੀ ਹੈਬਿਟ ਛਡਾਉਣ ਵਾਸਤੇ ਵੀ ਉਹ ਸੈਂਟਰ ਬਣ ਚੁੱਕੇ ਆ ਜੀ 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 ਇਹ ਦੁਖਾਂ ਤੇ ਦੁੱਖੇ ਥੋੜੀ ਆਪਨੇ ਆਪਣੇ ਆਪ ਤੋਂ ਕੋਈ ਇਸ ਤਰ੍ਹਾਂ ਦੀ ਉਮੀਦ ਹੈ ਵੀ ਗਾਇਕੀ ਦੇ ਸਫ਼ਰ ਦੇ ਵਿੱਚ ਕਹਿ ਲਈਏ ਜ਼ਿੰਦਗੀ ਦੀ ਵੈਸੇ ਸਫ਼ਰ ਦੇ ਵਿੱਚ ਕਿ ਇਹ ਚੀਜ਼ ਜਿਹੜੀ ਹੈ ਮੈਂ ਹਾਸਲ ਕਰਨੀ ਹੈ ਜਾਂ ਕੋਈ ਇਸ ਤਰ੍ਹਾਂ ਦੀ ਮੰਜ਼ਿਲ ਤੁਸੀਂ ਆਪਣੇ ਆਪ ਤੇ ਲਈ ਉਲੀਕੀ ਹੋਵੇ ਦੇ ਪੇਰੈਂਟਸ ਦੀ ਵੀ ਗੱਲ ਕਰਾਂ ਜਾਂ ਪੇਰੈਂਟਸ ਦੀ ਵੀ ਕੋਈ 익ਸਪੈਕਟੇਸ਼ਨ ਤੁਹਾਡੇ ਤੋਂ ਐਸਾ ਤੁਸੀਂ ਮੁਕਮਲ ਕਰ ਦਿੱਤੀ ਗੱਲ ਆਲਰੇਡੀ ਕਹਿ ਕੇ। ਜੇ ਮੈਨੂੰ ਐਦਾਂ ਕੋਈ ਨਹੀਂ ਲੱਗਦਾ ਜੀ ਮੈਨੂੰ ਤਾਂ ਹਮੇਸ਼ਾ ਸਫਰ 'ਚ ਹੀ ਮਜ਼ਾ ਆਉਂਦਾ ਹੈ। ਮੈਂ ਕੋਈ ਨਹੀਂ ਰੱਖੀ ਹੋਈ ਆਪਣੀਆਂ ਇੰਟਰਵਿਊ ਤੋਂ ਪਹਿਲਾਂ ਵੀ ਰੂਮ 'ਚ ਬੈਠੇ ਆ ਗੱਲਾਂ ਹੋ ਰਹੀਆਂ ਸੀ। ਮੈਂ ਸੋਚਦਾ ਕਿ ਜਿੱਥੇ ਹੈਗੇ ਆ ਇੱਥੋਂ ਅੱਗੇ ਦੀ ਵਧਣਾ ਹੈ। ਜੀ ਜਿਹੜੇ ਕੰਮ ਨਹੀਂ ਹੋਏ ਉਹ ਕਰਨੇ ਆ। ਤਾਂ ਮੰਜ਼ਿਲ ਕੋਈ ਨਹੀਂ। ਜੀ ਵਧੇ ਜੋ ਜਿੰਨਾ ਕਰ ਸਕਦੇ ਆ ਜ਼ਿੰਦਗੀ ਦੇ ਵਿੱਚ ਇਹ ਕਿ ਜਿੰਨਾ ਕੀਤਾ ਹੈ ਉਸ ਚ ਸੰਤੁਸ਼ਟੀ ਜ਼ਰੂਰ ਹੈਗੀ ਜੀ 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 ਬਾਕੀ ਦੇਖੋ ਜੇ ਤੁਸੀਂ ਇਹ ਕਹੋ ਕਿ ਆ ਚੀਜ਼ ਤੁਹਾਡੀ ਜ਼ਿੰਦਗੀ ਚ ਨਹੀਂ ਹੈਗੀ ਉਹ ਚੀਜ਼ ਨਹੀਂ ਹੈਗੀ ਤੇ ਮੈਨੂੰ ਮੇਰਾ ਨਜ਼ਰੀਆ ਕੁਝ ਇਸ ਤਰ੍ਹਾਂ ਦਾ ਹੈ ਕਿ ਤੁਹਾਡੀ ਜ਼ਿੰਦਗੀ ਤੁਹਾਡੇ ਹੱਥ ਚ ਆ ਤੁਸੀਂ ਉਹਨੂੰ ਕਿੰਨਾ ਮੁਸ਼ਕਲ ਬਣਾਉਣਾ ਕਿੰਨਾ ਆਸਾਨ ਬਣਾਉਣਾ ਹੈ ਜੇ ਤੁਸੀਂ ਛੋਟੀਆਂ ਛੋਟੀਆਂ ਗੱਲਾਂ ਨੂੰ ਆਪਣੇ ਲਾਈਫ ਸਟਾਈਲ ਨੂੰ ਤੁਸੀਂ ਦੇਖ ਲਓ ਹਾਂ ਕਿ ਜੇ ਤੁਸੀਂ ਅਨਸੈਸਰੀ ਚੀਜ਼ਾਂ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਕਰਨੀਆਂ ਸ਼ੁਰੂ ਕਰ ਦੋਗੇ ਹੁਣ ਕੋਵਿਡ ਦੇ ਸਾਲ ਡੇਢ ਸਾਲ ਦੇ ਵਿੱਚ ਘਰ ਬੈਠੇ ਆ ਕੋਈ ਸ਼ੋਜ਼ ਨਹੀਂ ਸੀਗੇ ਕੋਈ ਕੁਝ ਨਹੀਂ ਸੀਗੇ ਤੇ ਮੈਨੂੰ ਮੈਨੂੰ ਕੋਈ ਮੁਸ਼ਕਲ ਨਹੀਂ ਲੱਗਿਆ ਆਪਾਂ ਸ਼ੁਕਰਾਨਾ ਕੀਤਾ ਜੀ ਕਿਉਂਕਿ ਮੈਨੂੰ ਲੱਗਦਾ ਸੀਗਾ ਜੇ ਤੁਹਾਡੇ ਸਾਹ ਚੱਲਦੇ ਆ ਤੁਸੀਂ ਤੰਦਰੁਸਤ ਹੋ ਤੇ ਤੁਸੀਂ ਇਸ ਵੇਲੇ ਦੀ ਜ਼ਿੰਦਗੀ ਦੇ ਦੁਨੀਆ ਦੇ ਸਭ ਤੋਂ ਖੂਬ ਵੱਡੇ ਬਾਦਸ਼ਾਹ ਵੱਡੇ ਬਾਦਸ਼ਾਹ ਹਨਾ ਜੀ ਬਿਲਕੁਲ ਬਿਲਕੁਲ ਤੇ ਇਸ ਕਰਕੇ ਜੇ ਤੁਸੀਂ ਆਪਣੀਆਂ ਜ਼ਰੂਰਤਾਂ ਅਨਸੈਸਰੀ ਵਧਾ ਲੋਗੇ ਆਪਣੇ ਸ਼ੌਕ ਜਿਹੜੇ ਵਧਾ ਲੋਗੇ ਤੇ ਤੁਸੀਂ ਜਿੰਨਾ ਮਰਜੀ ਸ਼ੋਹਰਤ ਕਮਾ ਲਓ ਜਿੰਨਾ ਮਰਜੀ ਪੈਸਾ ਕਮਾ ਲਓ ਤੁਸੀਂ ਕਦੇ ਖੁਸ਼ ਨਹੀਂ ਰਹਿ ਸਕਦੇ ਤੁਸੀਂ ਤੰਗ ਵੀ ਹੋਵੋਗੇ ਕਿਉਂਕਿ ਇਹਨਾਂ ਚੀਜ਼ਾਂ ਦੀ ਵੀ ਤੇ ਕੋਈ ਲਿਮਿਟੇਸ਼ਨ ਨਹੀਂ ਹੈਗੀ ਨਾ ਜੀ ਤੇ ਇਸ ਲਈ ਤੁਸੀਂ ਕੁਝ ਚੰਗੇ ਕੰਮ ਕਰ ਲਓ ਤੇ ਸੰਤੁਸ਼ਟ ਥੋੜਾ ਬਹੁਤ ਰਹਿਣਾ ਤਾਂ ਜ਼ਰੂਰੀ ਜੀ ਅੱਛਾ ਅੱਜਕੱਲ ਜਿਹੜਾ ਟ੍ਰੈਂਡ ਚੱਲ ਰਿਹਾ ਸਿੰਗਲ ਟਰੈਕ ਦਾ ਚੱਲ ਰਿਹਾ ਹੁਣ ਵਿੱਚ ਵਿੱਚ ਤੁਹਾਰਾ ਫਿਰ ਐਲਬਮਸ ਜਿਹੜੀਆਂ ਨੇ ਆਉਣ ਲੱਗੀਆਂ ਨੇ ਤੁਹਾਡਾ ਆਪਣਾ ਨਿੱਜੀ ਤੌਰ ਤੇ ਕੀ ਨਜ਼ਰੀਆ ਹੈ ਸਿੰਗਲ ਟਰੈਕ ਵਾਲਾ ਜਾਂ ਐਲਬਮ ਵਾਲਾ ਕੋਵਿਡ ਦੇ ਵਿੱਚ ਵੀ ਤੁਸੀਂ ਜ਼ਿਕਰ ਕੀਤਾ ਕਿ ਬਹੁਤ ਸਾਰੇ ਤੁਹਾਡੇ ਸੌਂਗਸ ਜਿਹੜੇ ਸੀ ਰੈਡੀ ਸੀਗੇ ਜੇਕਰ ਅਸੀਂ ਉਹਨਾਂ ਦੇ ਆਉਣ ਦੀ ਉਮੀਦ ਕਰੀਏ ਤਾਂ ਕਿੰਨਾ ਕੁ ਇੰਤਜ਼ਾਰ ਸਾਨੂੰ ਹੋਰ ਕਰਨਾ ਪਏਗਾ ਜਿਹੜਾ ਤੁਸੀਂ ਟਰੈਕ ਔਰ ਸਿੰਗਲ ਟਰੈਕ ਦੀ ਤੇ ਐਲਬਮ ਦੀ ਗੱਲ ਕੀਤੀ ਮੈਨੂੰ ਲੱਗਦਾ ਇਸ ਚੀਜ਼ ਦਾ ਕੋਈ ਸਬੰਧ ਨਹੀਂ ਹੈਗਾ ਮਾਰਕੀਟ ਦੇ ਨਾਲ ਕਿਉਂਕਿ ਇਸ ਸਮੇਂ ਦੇ ਨਾਲ ਚੀਜ਼ਾਂ ਚੱਲਦੀਆਂ ਰਹਿੰਦੀਆਂ ਹਨਾ ਜੀ ਐਲਬਮਸ ਆ ਗਈਆਂ ਇਹ ਗਾਣੀ ਆ ਗਈ ਫਿਰ ਡਿਊਟ ਆ ਗਿਆ ਫਿਰ ਸੂਫੀ ਚੱਲ ਗਿਆ ਫਿਰ ਸੈਟ ਦਾ ਟ੍ਰੈਂਡ ਆ ਗਿਆ اسی ਤਰੀਕੇ ਦੇ ਨਾਲ ਐਲਬਮ ਤੇ ਸਿੰਗਲ ਟਰੈਕ ਵੀ ਚੱਲਦੇ ਰਹੇ ਨੇ ਗਲਤ ਤਾਂ ਉਹੀ ਹੈ ਜੀ ਤੁਸੀਂ ਉਹਦੇ ਵਿੱਚ ਉਹ ਵੀ ਗਾਣੇ ਸੁਣਨੇ ਆ ਇਹਦੇ ਵਿੱਚ ਉਹਦੇ ਲੋਕੀ ਐਲਬਮ ਕਰਦੇ ਸੀਗੇ ਤੇ ਸਾਲ-ਸਾਲ 6-6 ਮਹੀਨੇ ਐਲਬਮ ਨੂੰ ਲੱਗ ਜਾਂਦੇ ਸੀ ਅੱਜ ਹਫ਼ਤੇ ਬਾਅਦ ਸਿੰਗਲ ਟਰੈਕ ਸਿੰਗਲ ਟਰੈਕ ਸਿੰਗਲ ਟਰੈਕ ਗਲਤ ਤਾਂ ਉੱਥੇ ਹੀ ਹੈ ਜੀ ਇਹ 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 ਕਿੰਨਾ ਕੁ ਜ਼ਰੂਰੀ ਹੈ ਵੀ ਤੁਸੀਂ ਇੱਕ ਕਲਾਕਾਰ ਹੋਣ ਦੇ ਨਾਤੇ ਲੋਕਾਂ ਨੂੰ ਦਿਖਦੇ ਰਹੋ ਇਹ ਵੈਸੇ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਇਹ ਹੈ ਤਾਂ ਇਹ ਸਹੀ ਹੈ ਹਾਲਾਂਕਿ ਮੈਂ ਮੇਰੀ ਵੀ ਥੋੜੀ ਜੀ ਨਾਕਾਮੀ ਇਹਦੇ ਚ ਹੈਗੀ ਆ ਤੇ ਮੈਂ ਬਹੁਤ ਘੱਟ ਐਕਟਿਵ ਰਹਿਣਾ ਹਾਲਾਂਕਿ ਜਿਹੜੇ ਮੈਨੂੰ ਵਾਕਿਆ ਦਿਲੋਂ ਬੜਾ ਪਿਆਰ ਕਰਦੇ ਆ ਉਹ ਲੋਕ ਹਮੇਸ਼ਾ ਮੈਨੂੰ ਕਹਿੰਦੇ ਆ ਕਿ ਮੈਨੂੰ ਸ਼ਾਇਦ ਜ਼ਿਆਦਾ ਐਕਟਿਵ ਰਹਿਣਾ ਚਾਹੀਦਾ ਜੀ ਮੈਂ ਘੱਟ ਰਹਿਣਾ ਪਰ ਇਹ ਰਹਿਣਾ ਬਹੁਤ ਜ਼ਰੂਰੀ ਹੈ ਹਮ ਸਹੀ ਜੀ ਯਾਨੀ ਕਿ ਜੇ ਤੁਹਾਡੀ ਚਾਹੇ ਗਾਇਕੀ ਚੰਗੀ ਵੀ ਹੈ ਜੇ ਤੁਸੀਂ ਦਿਖ ਨਹੀਂ ਰਹੇ ਹੋ ਇਟ ਮੀਨਸ ਕਿ ਤੁਸੀਂ ਗਾਇਬ ਹੋ ਗਏ ਹੋ ਨਹੀਂ ਇਹ ਨਹੀਂ ਚੀਜ਼ ਕਹੀ ਜਾ ਸਕਦੀ ਜੀ ਪਰ ਮੈਨੂੰ ਲੱਗਦਾ ਹੁੰਦਾ ਹੈ ਕਿ ਬੜੇ سارے ਲੋਕ ਆ ਜਿਹੜੇ ਇਹ ਗੱਲ ਕਹਿੰਦੇ ਆ ਕਿ ਵੀ ਆਰ ਕੀ ਕਹਾਂ ਜੀ ਹੁਣ ਆਪਣੀਆਂ ਆਪਣੀਆਂ ਹੈਬਿਟਸ ਨੇ ਸਾਰਿਆਂ ਦੀਆਂ ਹੁਣ ਕੋਈ ਕਹਿੰਦਾ ਇੱਥੇ ਬੈਠਾ ਨਾਲ ਹੀ ਲਾਈਵ ਹੋ ਜਾਣਾ ਕਿ ਮੈਂ ਆਹ ਦੇਖੋ ਅੱਜ ਕਾਫੀ ਪੀ ਰਹੇ ਆ ਆਹ ਦੇਖੋ ਅੱਜ ਫਲਾਨੇ ਰੈਸਟੋਰੈਂਟ ਚ ਚੰਗੀਆਂ ਨਹੀਂ ਲੱਗਦੀਆਂ ਮੈਨੂੰ ਆਪਣੇ ਆਪ ਨੂੰ ਚੀਜ਼ਾਂ ਮੈਨੂੰ ਲੱਗਦਾ ਹੈ ਕਿ ਜੇ ਤੁਸੀਂ ਕੋਈ ਗਾਣਾ ਕੀਤਾ ਹੈ ਜਾਂ ਤੁਸੀਂ ਕੋਈ ਕੰਟੈਂਟ ਇਦਾਂ ਦਾ ਜਿਹਦੇ ਤੇ ਤੁਹਾਨੂੰ ਲਾਈਵ ਹੋਣਾ ਚਾਹੀਦਾ ਤੇ ਤੁਸੀਂ ਹੋ ਜੋ ਜਿਹਦੇ ਵਿੱਚ ਲੋਕਾਂ ਨੂੰ ਕੋਈ ਮੈਸੇਜ ਚਲ ਜੇ ਜਾਂ ਕੁਝ ਵਕਾਉਨਯੋਗ ਹੋਵੇ ਹੁਣ ਐਵੇਂ ਮੈਂ ਕਿਸੇ ਜਗ੍ਹਾ ਤੇ ਉੱਤੇ ਬੈਠ ਕੇ ਆਪਣਾ ਆਪਣੇ ਕਿਸੇ ਵੀ ਮੂਡ 'ਚ ਹੂੰ ਹੂੰ ਤੇ ਮੈਨੂੰ ਨਹੀਂ ਠੀਕ ਲੱਗਦਾ ਮਤਲਬ ਤੁਹਾਡੀ ਜਿਹੜਾ ਹੈਗਾ ਜ਼ਿੰਦਗੀ ਨੂੰ ਮਹਿਸੂਸ ਕਰਨ ਦਾ ਤਰੀਕਾ ਜਾਂ ਇਹ ਕੱਲ ਤੁਹਾਨੂੰ ਮਹਿਸੂਸ ਕਰਨ ਦਾ ਤਰੀਕਾ ਉਹ ਤੁਹਾਡੀ ਗਾਇਕੀ ਦੇ ਜ਼ਰੀਏ ਜਿਹੜਾ ਚ ਲੱਗਦਾ ਉਹ ਯਾਕੂਬ ਸਾਨੂੰ ਗੀਤਾਂ ਦੇ ਜ਼ਰੀਏ ਦੇਖਣ ਨੂੰ ਮਿਲ ਜਾਂਦੇ ਨੇ ਜਿਹੜੇ ਕੀ ਅਸਲ ਜ਼ਿੰਦਗੀ 'ਚ ਨਹੀਂ ਇਹਕਤ ਨੂੰ ਯਾਦ ਆ ਕਿ ਤੁਸੀਂ ਆਪਣੀ ਜ਼ਿੰਦਗੀ ਚ ਪਹਿਲਾ ਗੀਤ ਜਿਹੜਾ ਆ ਉਹ ਕਿਹੜਾ ਗਾਇਆ ਸੀ? ਉਹ ਵੈਸੇ ਜਿਹੜੀ ਮੇਰੀ ਪਛਾਣ ਰਹੀ ਹੈ ਜੀ ਉਹ ਤਾਂ ਰਾਂਝਣ ਮੇਰਾ ਰੱਬ ਤੋਂ ਰਹੀ ਹੈ ਉਸ ਤੋਂ ਪਹਿਲਾਂ ਵੀ ਇੱਕ ਪੰਜਾਬੀ ਐਲਬਮ ਕੀਤੀ ਸੀਗੀ ਮੈਂ। ਜੀ। ਉਹ ਸੈਡ ਗਾਣਾ ਸੀਗਾ ਉਹ ਗਾਇਆ ਸੀਗਾ ਤੇ ਰਾਂਝਣ ਮੇਰਾ ਰੱਬ ਜਿਹੜਾ ਉਹ ਉਹਦੇ ਨਾਲ ਥੋੜੀ ਪਹਿਚਾਨ ਠੀਕ ਰਹੀ ਚੰਗੀ ਜੀ 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 ਤੇ ਤੁਹਾਡਾ ਇਹਨਾਂ ਦੋਨਾਂ ਚੋਂ ਜਿਹੜਾ ਪਹਿਲਾ ਗਾਇਆ ਜਾਂ ਰਾਂਝਣ ਮੇਰਾ ਯਾਰ ਚੋਂ ਪਸੰਦੀਦਾ ਜਿਹੜਾ ਵੀ ਦੋਨਾਂ ਚੋਂ ਹੈ ਉਹ ਅਸੀਂ ਜ਼ਰੂਰ ਸੁਣਨਾ ਚਾਹਾਂਗੇ ਪਿਆਰ ਤੇ ਸਾਰੇ ਗਾਣਿਆਂ ਨਾਲੋਂ ਹੀ ਬੜਾ ਮੈਂ ਤੁਹਾਨੂੰ ਰਾਂਝਣ ਮੇਰਾ ਰਬੀ ਸੁਣਾਵਾਂਗੀ ਜ਼ਰੂਰ ਜ਼ਰੂਰ ਹਮ ਦੇ ਨਾ ਦੇ ਨਾ ਦੇ ਏ ਰਬ ਨਿਮਾਏ ਰਾਂਝਣ ਮੇਰਾ ਰਬ ਜੋਗੀ ਵਾਲਾ ਭੇਸ ਵਟਾਇਆ ਜੋਗੀ ਵਾਲਾ ਭੇਸ ਵਟਾਇਆ ਵੇਖੇ ਸਾਰਾ जग ਨਿਮਾਏ ਰਾਂਝਣ ਮੇਰਾ ਰਬ ਜਦ ਬੋਲੇ ਉਹ ਬੋਲੇ ਇਲਾਹੀ ਰੁੱਕ ਰੁੱਕ ਸੁਣਾ ਦੇ ਜਾਂਦੇ ਰਾਹੀ ਜਦ ਬੋਲੇ ਉਹ ਬੋਲੇ ਇਲਾਹੀ ਰੁੱਕ ਰੁੱਕ ਸੁਣਾ ਦੇ ਜਾਂਦੇ ਰਾਹੀ ਮੈਂ ਵੀ ਦਰ ਤੇ ਅਲਖ ਜਗਾਈ ਆ ਮੈਂ ਵੀ ਦਰਤੇ ਅਲਖ ਜਗਾਈ ਪੈਰੀ ਪਹਿਣਾ ਅੱਜ ਨਿਮਾਏ ਰਾਝਣ ਮੇਰਾ ਰਬ ਹਾਰਾਝਣ ਮੇਰਾ ਰੱਬ ਨੇ ਮਾਇਆ ਰਾਂਝਾ ਮੇਰਾ ਰੱਬ ਨੇ ਮਾਇਆ ਰਾਜਨ ਮੇਰਾ ਰੱਬ ਕੀ ਆ ਬਾਤ ਹੈ ਯਾਕੂਬ ਜਦੋਂ ਤੁਸੀਂ ਲਾਈਵ ਪਰਫਾਰਮ ਕਰਦੇ ਹੋ ਜੀ ਤਾਂ ਸਭ ਤੋਂ ਵੱਧ ਡਿਮਾਂਡ ਜਿਹੜੀ ਤੁਹਾਡੇ ਕੋਲੋਂ ਰਹਿੰਦੀ ਹੈ ਲੋਕਾਂ ਦੀ ਉਹ ਕਿਸ ਗੀਤ ਦੀ ਰਹਿੰਦੀ ਹੈ ਉਹ ਸਭ ਤੋਂ ਜ਼ਿਆਦਾ ਤਾਂ ਇਹਦੀ ਰਹਿੰਦੀ ਹੈ ਜੀ ਰਾਂਝੇ ਨੂੰ ਮੇਰਾ ਰੱਬ ਦੀ ਤੇ ਕੁਝ ਕਮਰਸ਼ੀਅਲ ਗਾਣੇ ਵੀ ਹੁੰਦੇ ਆ ਪਰ ਜਦੋਂ ਜਿਹੜੀ ਆਡੀਅנס ਆ ਜਿਵੇਂ ਮੈਂ ਤੁਹਾਨੂੰ ਦੱਸਿਆ ਜਿਹੜੀ ਮੇਰੀ ਇਸ ਵੇਲੇ ਆਡੀਅੰਸ ਆ ਉਹ ਇਸੇ ਤਰ੍ਹਾਂ ਦੀ ਹੈ ਕਿ ਉਹਨਾਂ ਨੂੰ ਚੰਗੀ ਗਾਇਕੀ ਔਰ ਚੰਗੀ ਸ਼ਾਇਰੀ ਪਾਈ ਆ ਤੇ ਮੈਂ ਕੋਸ਼ਿਸ਼ ਕਰਦਾ ਕਿ ਸਾਰਾ ਮਟੀਰੀਅਲ ਜਿਹੜਾ ਮੇਰਾ ਇਸੇ ਤਰ੍ਹਾਂ ਦਾ ਹੀ ਹੁੰਦਾ ਹੈ ਉਹਨਾਂ ਨੂੰ ਉਸੇ ਤਰ੍ਹਾਂ ਦੀ ਖੁਰਾਕ ਦੇਣ ਦੀ ਕੋਸ਼ਿਸ਼ ਕਰਦਾ ਜੀ ਅੱਛਾ ਤੁਹਾਨੂੰ ਲੱਗਦਾ ਕਿ ਸਮੇਂ ਦੇ ਹਿਸਾਬ ਨਾਲ ਗੀਤਾਂ ਦਾ ਆਉਣਾ ਅੱਜ ਕੱਲ ਦੀ ਜਿਹੜੀ ਲੋੜ ਹੈ ਉਹ ਵਾਕਈ ਕਹਿਮਤ ਅਹਿਮ ਗੱਲ ਹੈ ਦੇਖੋ ਇਹ ਵੀ ਦੋ ਤਰ੍ਹਾਂ ਦੀਆਂ ਚੀਜ਼ਾਂ ਨੇ ਜੀ ਇੱਕ ਸਮੇ ਦੇ ਹਿਸਾਬ ਨਾਲ ਚੱਲਦੇ ਜਾਣਾ ਇੱਕ ਜਿਹੜਾ ਸਥਿਰ ਆ ਜੀ ਅਟੱਲ ਆ ਜਿਹੜਾ ਸੱਚ ਆ ਜਿਹੜਾ ਆਦਿਆ ਜਿਹੜਾ ਅੰਤਿਆ ਉਹ ਤੁਸੀਂ ਕਦੇ ਮਾਰ ਨਹੀਂ ਸਕਦੇ ਤੇ ਜਿਹਨੂੰ ਅਸੀਂ ਅਟੱਲ ਕਹਿ ਦਿੱਤਾ ਜਿਹਨੂੰ ਅਸੀਂ ਆਦਤ ਤੇ ਅੰਤ ਕਹਿ ਦਿੱਤਾ ਉਹ ਸਮੇ ਦੇ ਹਿਸਾਬ ਨਾਲ ਨਹੀਂ ਚੱਲ ਸਕਦਾ ਸਾਰੀ ਸਮੀ ਉਹਦੇ ਨਾਲ ਆ ਜੀ ਸੋ ਚੀਜ਼ਾਂ ਬਦਲਦੀਆਂ ਰਹਿੰਦੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਆ ਜੀ ਤੇ ਇੱਕ ਚੀਜ਼ ਜਿਹੜੀ ਅਟੱਲ ਆ ਮੈਂ ਮੈਨੂੰ ਲੱਗਦਾ ਪਤਾ ਨਹੀਂ ਸਹੀ ਹੈ ਕਿ ਗਲਤ ਹੈ ਮੈਂ ਜਿਹੜੀ ਪਰਟਲ ਵਾਲੀ ਉਹਦੇ ਨਾਲ ਚੱਲਣ ਦੀ ਕੋਸ਼ਿਸ਼ ਕਰ ਰਹੀ ਆ। ਆ ਵਾਕਈ ਇਹਦੇ ਵਿੱਚ ਖੈਰ ਕੋਈ ਸ਼ੱਕ ਵੀ ਨਹੀਂ ਆ। ਲੋਕ ਜੋ ਤੁਹਾਡੇ ਨਾਲ ਜੁੜੇ ਹੋਏ ਨੇ ਤੁਹਾਡੀ ਗਾਇਕੀ ਨੂੰ ਪਸੰਦ ਕਰਦੇ ਨੇ ਤੁਸੀਂ ਭਾਵੇਂ ਆ ਰਾਂਜਨ ਮੇਰਾ ਯਾਰ ਗੀਤ ਸੁਣਾਇਆ ਚਾਹੇ ਉਹ ਦੌਲਤ ਸ਼ੌਰਤ ਸੀ ਇਹ ਜਦੋਂ ਵੀ ਕੋਈ ਸੁਨੇਗਾ ਉਹਦੇ ਲਈ ਉਹ ਗੀਤ ਨਵਾਂ ਹੀ ਹੋਏਗਾ। ਆ ਯਾਕੂਬ ਆਪਣੇ ਕੋਲ ਵਕਤ ਥੋੜਾ ਸੀਮਿਤ ਰਹਿ ਗਿਆ ਮੈਂ ਚਾਹੂੰਗੀ ਕਿ ਤੁਸੀਂ ਆਪਣੀਆਂ ਜਿਹੜੀਆਂ ਫਿਊਚਰ ਦੀਆਂ ਤੁਹਾਡੀਆਂ ਪਲਾਨਿੰਗਸ ਨੇ ਵੇਖਦੀਆਂ ਯੋਜਨਾਵਾਂ ਉਹਨਾਂ ਬਾਰੇ ਜ਼ਿਕਰ ਅਸੀਂ ਜ਼ਰੂਰ ਥੋੜਾ ਜਿਹਾ ਚਾਹਾਂਗੇ। ਅ ਫਿਊਚਰ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਤੁਸੀਂ ਸਵਾਲ ਵੀ ਕੀਤਾ ਸੀ ਵੀ ਕੋਵਿਡ ਤੋਂ ਪਹਿਲਾਂ ਦੇ ਕਾਫੀ ਸਾਰੇ ਆਡੀਓ ਸਾਡੀਆਂ ਤਿਆਰ ਨੇ ਵੀਡੀਓਜ਼ ਕਾਫੀ ਸਾਰੀਆਂ ਕੀਤੀਆਂ ਹੋਈਆਂ ਇੱਕ ਦੋ ਪੰਜਾਬੀ ਮੂਵੀਜ਼ 'ਚ ਵੋਕਲ ਗਈਆਂ ਪਰ ਮੈਂ ਇਹ ਕਹਿੰਦਾ ਹਮੇਸ਼ਾ ਸੋਚਦਾ ਹਾਂ ਕਿ ਜਿੰਨਾਂ ਚੀਜ਼ਾਂ ਦਾ ਤੁਹਾਨੂੰ ਪਤਾ ਨਹੀਂ ਹੈ ਵੀ ਉਹਨਾਂ ਦਾ ਕੀ ਬਣਨਾ ਸਾਡੀ ਜਿਹੜੀ ਇੰਡਸਟਰੀ ਹੈਗੀ ਆ ਇਹਦਾ ਵੈਸੇ ਵੀ ਨਹੀਂ ਪਤਾ ਚੱਲਦਾ ਜਿਹਨੇ ਕੰਮ ਕੀਤਾ ਤੁਹਾਨੂੰ ਵੀ ਨਹੀਂ ਪਤਾ ਹੁੰਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਕੱਲ ਨੂੰ ਉਹਦੇ ਨਾਲ ਉਹਦੇ ਪ੍ਰੋਡਕਟ ਨਾਲ ਕੀ ਬਣਿਆ ਤੇ ਉਹਨਾਂ ਦਾ ਮੈਂ ਜ਼ਿਕਰ ਉਹਦੇ ਹੀ ਕਰਨਾ ਚਾਹੁੰਦਾ ਜਦੋਂ ਆ ਜਾਣਗੇ ਆ ਤੇ ਜਗਜ਼ਾਰ ਹੋ ਜਾਣਾ ਵਾ ਫਿਰ ਪਤਾ ਲੱਗ ਜਣੇ ਇਹ ਚੀਜ਼ਾਂ ਹ ਉਹ ਕਾਫੀ ਅੱਛੇ ਮੇਰੇ ਦਿਲ ਦੇ ਕਰੀਬ ਕੰਪੋਜੀਸ਼ਨਸ ਨੇ ਲਿਰਿਕਸ ਨੇ ਤੇ ਉਮੀਦ ਕਰਦਾ ਜਦੋਂ ਵੀ ਆਉਣਗੇ ਸਰੋਤੇ ਉਹਨਾਂ ਨੂੰ ਪਿਆਰ ਦੇਣਗੇ ਹਮੇਸ਼ਾ ਦੇ ਤੱਕ ਜ਼ਰੂਰ ਜ਼ਰੂਰ ਕੰਡੇ 47 ਲਈ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਵੀ ਵੈਸੇ ਮੁਬਾਰਕ ਨਹੀਂ ਬਣਦੀ ਜੀ ਮੈਨੂੰ ਲੱਗਦਾ ਮੈਂ ਤਾਂ ਹਮੇਸ਼ਾ ਕਹਿੰਦਾ ਗੀਤ ਐਕਚੁਅਲ 'ਚ ਤੁਸੀਂ ਚੁਣਿਆ ਉਹਦੇ ਲਈ ਤੁਸੀਂ ਮੁਬਾਰਕ ਤੇ ਹੋ ਉਹਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਕਿਉਂਕਿ ਮੈਂ ਤਾਂ ਇਹ ਹੀ ਅਰਦਾਸ ਰਹਿਣਾ ਹੈ ਕਿ ਅਕਾਲ ਪੁਰਖ ਕਰੇ ਹਾਂ ਜੀ ਇਹੋ ਜਿਹਾ ਟਾਈਮ ਕਦੇ ਕਿਸੇ ਵੀ ਕੌਮ ਤੇ ਕਿਸੇ ਮੁਲਕ ਤੇ ਜੀ ਕਿਸੇ ਵੀ ਖੇਤਰ ਦੇ ਉੱਤੇ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਪਰਿਵਾਰ ਤੇ ਵੀ ਨਾ ਨਾ ਆਵੇ ਕਿਸੇ ਸ਼ਾਇਰ ਨੂੰ ਮਾਨਕ ਸਾਹਿਬ ਵਰਗੇ ਨੂੰ ਲਿਖਣਾ ਪੈ ਜਾਵੇ ਮੇਰੇ ਵਰਗੇ ਨੂੰ ਗਾਉਣਾ ਪੈ ਜਾਵੇ ਹਮੇਸ਼ਾ ਸੁੱਖ ਸ਼ਾਂਤੀ ਤੇ ਖੁਸ਼ੀਆਂ ਖੜੇ ਰਹਿਣੇ ਚਾਹੀਦੇ ਮੁਹੱਬਤ ਰਵੇ ਸੰਸਾਰ ਮੁਹੱਬਤ ਰਵੇ ਪਰ ਕਮਰਸ਼ੀਅਲ ਵਰਲਡ ਦੇ ਵਿੱਚ ਜਦੋਂ ਇਦਾਂ ਦੇ ਗੀਤਾਂ ਦੀ ਗੱਲ ਕਰਦੇ ਆ ਤਾਂ ਫਿਰ ਇਹਨਾਂ ਦੀ ਚੋਣ ਜਿਹੜੀ ਬਹੁਤ ਪਿੱਛੇ ਜਾ ਕੇ ਕੀਤੀ ਜਾਂਦੀ ਸੋ ਉਹਦੇ ਲਈ ਉਹ ਬਹੁਤ ਵੱਡਾ ਅਹਿਮ ਯੋਗਦਾਨ ਹੈ ਤੁਹਾਡਾ ਕਿ ਤੁਸੀਂ ਇਸ ਗੀਤ ਨੂੰ ਚੁਣਿਆ ਇੱਕ ਵਾਰੀ ਫੇਰ ਖਾਸ ਤੌਰ ਤੇ ਸਾਡੇ ਵਾਲੀ ਜਿਹੜੀ ਜਨਰੇਸ਼ਨ ਜਿਨ੍ਹਾਂ ਨੂੰ ਕੁਝ ਕੁਝ ਭੁੱਲਦਾ ਜਾਂਦਾ ਹੈ ਉਹਨਾਂ ਨੂੰ ਯਾਦ ਦਿਵਾਉਣਾ ਵੀ ਯਾਦ ਰੱਖੇ ਉਹਦੇ ਲਈ ਇਹੋ ਜੇ ਕਾਰਜ ਵੀ ਬਹੁਤ ਜ਼ਿਆਦਾ ਜ਼ਰੂਰੀ ਨੇ ਡਟੀ ਨਹੀਂ ਹੈ ਜੀ ਆਪਾਂ ਤੇ ਜੀ ਕੋਸ਼ਿਸ਼ ਕਰਾਂਗੇ ਕਿ ਡਟੀ ਰਵਾਂਗੇ ਜੀ ਬਹੁਤ ਬਹੁਤ ਪਿਆਰ ਦਿੱਤੇ ਨਾਲ ਜੀ ਆ ਯਾਕੂ ਬਹੁਤ ਬਹੁਤ ਸ਼ੁਕਰੀਆ ਅੱਜ ਦੀ ਇਸ ਖਾਸ ਮੁਲਾਕਾਤ ਦੇ ਵਿੱਚ ਹਾਜ਼ਰ ਹੋਣ ਦੇ ਲਈ ਸਾਡੇ ਦਰਸ਼ਕਾਂ ਦੇ ਰੂਬਰੂ ਹੋਣ ਦੇ ਲਈ ਤੁਹਾਡੀਆਂ ਆਉਣ ਵਾਲੀਆਂ ਜਿੰਨੀਆਂ ਵੀ ਐਲਬम्स ਕਹੀਏ ਜਾਂ ਗੀਤ ਕਹੀਏ ਹਮੇਸ਼ਾ ਹੀ ਦਿਲ ਦੇ ਕਰੀਬ ਰਹਿਣਗੇ ਰਹਿੰਦੇ ਰਹਿਣਗੇ ਉਹਦੇ ਲਈ ਵੀ ਦੁਆਵਾ ਬਹੁਤ ਬਹੁਤ ਸ਼ੁਕਰੀਆ ਬ੍ਰਿੰਦਰ ਜੀ ਤੁਹਾਡਾ ਵੀ ਔਰ ਜਿਹੜਾ ਆ ਪ੍ਰੋਗਰਾਮ ਖਾਸ ਮੁਲਾਕਾਤ ਦੇ ਵਿੱਚ ਤੁਸੀਂ ਮੈਨੂੰ ਮੌਕਾ ਦਿੱਤਾ ਹੈ ਆਪਣੇ ਦਿਲ ਦੀਆਂ ਗੱਲਾਂ ਕਰਨ ਦਾ ਗਾਣੇ ਗਾਉਣ ਦਾ ਮੌਕਾ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ